ਹਾਂ ਜੀ ਸਾਰੇ ਗੁਰੂ ਮੈਂਬਰਾਂ ਨੂੰ ਸਾਰੇ ਪਿੰਗ ਫਾਰਮਰਾਂ ਨੂੰ ਮੇਰੇ ਬਲਜੀਤ ਰੰਧਾਵੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਨੈਕਸਟ ਜਨਰੇਸ਼ਨ ਪਿੰਗ ਫਾਰਮ ਪ੍ਰਭ ਤੁਹਾਡੇ ਨਾਲ ਮੈਂ ਕੁਛ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਅੱਜ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਆ ਪਿੰਗ ਫਾਰਮ ਦਾ ਕਾਫੀ ਦੌਰ ਚੱਲ ਰਿਹਾ ਕਾਫੀ ਲੋਕ ਬਿਜ਼ਨਸ ਦੇ ਪਿੱਛੇ ਪਏ ਹੋਏ ਨੇ ਵੀ ਪਿੰਗ ਫਾਰਮ ਅਸੀਂ ਕਰੀਏ ਤਾਂ ਕਿਵੇਂ ਕਰੀਏ ਯੂਟਿਊਬ ਵਗੈਰਾ ਦੇ ਉੱਪਰ ਦੇਖ ਦੇਖ ਕੇ ਜਿਹੜੇ ਨੌਜਵਾਨ ਨੇ ਉਹ ਸੋਚਣ ਲੱਗੇ ਹੋਏ ਨੇ ਵੀ ਯਾਰ ਟ੍ਰੇਨਿੰਗ ਕਿੱਥੋਂ ਲਈ ਹੈ ਯੂਟਿਊਬ ਦੇ ਵਿੱਚ ਵਾਰ ਵਾਰ ਸਰਚ ਮਾਰਨ ਲੱਗੇ ਹੋਏ ਨੇ ਸਰਚ ਕਰਦੇ ਨੇ ਅਤੇ ਕਈ ਉਹ ਫਾਰਮਰ ਵੀ ਲੱਭ ਲੈਂਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਵੀ ਨੇ ਅਤੇ ਉਸ ਤੋਂ ਬਾਅਦ ਕਿਸੇ ਫਾਰਮਰ ਦੇ ਕੋਲ ਜਾ ਕੇ ਜਦੋਂ ਉਹ ਉਹਨਾਂ ਨੂੰ ਪੁੱਛਦੇ ਹਾਂ ਵੀ ਵੀਰ ਜੀ ਅਸੀਂ ਫਾਰਮ ਕਰਨਾ ਹੈ ਵੀ ਅਸੀਂ ਕਿਸ ਤਰ੍ਹਾਂ ਕਰੀਏ ਕਿਆ ਸਿਸਟਮ ਹੋਣਾ ਚਾਹੀਦਾ ਫਾਰਮ ਦਾ ਇਹ ਮੇਰੇ ਵੀਡੀਓ ਬਣਾਉਣ ਦਾ ਸਿਰਫ ਇੱਕ ਹੀ ਪਰਪਸ ਆ ਜਿੰਨੇ ਵੀ ਦੋਸਤਾਂ ਨੇ ਮੈਨੂੰ ਫੋਨ ਆਏ ਨੇ ਜਿੰਨਿਆਂ ਨੇ ਵੀ ਮੈਨੂੰ ਕਿਹਾ ਉਹ ਕਹਿੰਦੇ ਭਰਾ ਜੀ ਵੀ ਜਿਸ ਨੂੰ ਵੀ ਸਾਡੇ ਲੋਕਲ 5-4 ਕਿਲੋਮੀਟਰ 10 ਕਿਲੋਮੀਟਰ ਦਾ ਕੋਈ ਫਾਰਮ ਆ ਅਸੀਂ ਪੁੱਛਣ ਜਾਂਦੇ ਹਾਂ ਤਾਂ ਉਹ ਬੰਦਾ ਸਾਨੂੰ ਪ੍ਰੋਪਰ ਗਾਈਡੈਂਸ ਨਹੀਂ ਦਿੰਦਾ ਜੀ ਉਹ ਸਾਨੂੰ ਕਹਿੰਦਾ ਵੀ ਬਾਈ ਜੀ ਤੁਸੀਂ ਜ਼ਿਮੀਂਦਾਰ ਹੋ ਜੇ ਕਿਸੇ ਸ਼ਡਿਊਲ ਕਾਸਟ ਦਾ ਫਾਰਮ ਆ ਕਿਸੇ ਮੈਨੂੰ ਦੋਸਤ ਮਿੱਤਰ ਦਾ ਫੋਨ ਆਇਆ ਸੀ ਉਹ ਕਹਿੰਦੇ ਸਾਡੇ ਨੇੜੇ ਸ਼ਡਿਊਲ ਕਾਸਟ ਬੰਦੇ ਨੇ ਫਾਰਮ ਕੀਤਾ ਵਾ ਅਤੇ ਉਹਨੂੰ ਪੁੱਛਣ ਗਿਆ ਉਹ ਕਹਿੰਦਾ ਭਰਾ ਜੀ ਤੁਸੀਂ ਜ਼ਿਮੀਂਦਾਰ ਬੰਦੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਕਿਉਂਕਿ ਕਹਿੰਦਾ ਵੀ ਜਿਹੜਾ ਇਹ ਫਾਰਮ ਆ ਇਹ ਵੇਸਟ ਦੇ ਸਿਰ 'ਤੇ ਚੱਲਦਾ ਇਹਨੂੰ ਫੀਲਡ ਦੇ ਸਿਰ 'ਤੇ ਤੁਸੀਂ ਚਲਾ ਨਹੀਂ ਸਕਦੇ ਫੀਲਡ ਦੇ ਵਿੱਚ ਕਹਿੰਦਾ ਕੱਖ ਨਹੀਂ ਬਚਦਾ ਹੈਗਾ ਵੇਸਟ ਤੁਸੀਂ ਲਿਆ ਨਹੀਂ ਸਕਦੇ ਕਿ ਤੁਸੀਂ ਜ਼ਿਮੀਂਦਾਰ ਆ ਅਸੀਂ ਤਾਂ ਕਹਿੰਦਾ ਢੋਲ ਟੱਪਾ ਲੱਭ ਕੇ ਪਿੱਛੇ ਚਲੇ ਜਾਂਦੇ ਹਾਂ ਜੀ ਅਤੇ ਵੇਸਟ ਵਗੈਰਾ ਲਿਆਉਂਦੇ ਦੇਖੋ ਜੀ ਲੋਕ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਕਿਉਂ ਕਿਸੇ ਨੂੰ ਮਿਸਗਾਈਡ ਕਰਦੇ ਆ ਬੰਦੇ ਦਾ ਮਨੋਬਲ ਟੁੱਟ ਜਾਂਦਾ ਉਸਨੂੰ ਬੰਦਾ ਵਿਚਾਰਾ ਕੋਈ ਆਸ ਦੇ ਕੇ ਕੋਈ ਆਪਣਾ ਸੁਪਨਾ ਸਜਾ ਕੇ ਜਾਂਦਾ ਵੀ ਫਲਾਣੇ ਬੰਦੇ ਦਾ ਫਾਰਮ ਯੂਟਿਊਬ 'ਤੇ ਸਰਚ ਕਰਦਾ ਵੀ ਫਲਾਣੇ ਬੰਦੇ ਨੇ ਜੀ ਸਾਲ ਦਾ 1 ਲੱਖ ਕਮਾਇਆ 10 ਲੱਖ ਕਮਾਇਆ 5 ਲੱਖ ਕਮਾਇਆ 21 ਲੱਖ ਕਮਾਇਆ ਵਗੈਰਾ ਵਗੈਰਾ ਉਹ ਬੰਦਾ ਸੋਚਦਾ ਯਾਰ ਇਹੋ ਜਿਹੀ ਬੇਰੁਜ਼ਗਾਰੀ ਦੇ ਵਿੱਚ ਵੀ ਮੈਂ ਵੀ ਪਿੱਗ ਫਾਰਮ ਕਰਾਂ ਮੈਂ ਵੀ ਕੰਮ ਕਰਨਾ ਚਾਹੁੰਦਾ ਵੀ ਮੈਂ ਵੀ ਇਹ ਚਾਹੁੰਦਾ ਵੀ ਮੇਰੇ ਕੋਲ ਵੀ ਇਨਕਮ ਦਾ ਕੋਈ ਸਾਧਨ ਬਣ ਜਾਵੇ ਮੇਰਾ ਵੀ ਪਰਿਵਾਰ ਸੁੱਖ ਦੀ ਰੋਟੀ ਖਾਵੇ ਤਾਂ ਮੈਂ ਆਪਣੀ ਕਬੀਲਾ ਹੀ ਵਧੀਆ ਚਲਾਵਾਂ ਪਰ ਜਦ ਉਹ ਕਿਸੇ ਫਾਰਮ ਨੂੰ ਜਾ ਕੇ ਵਿਜ਼ਿਟ ਕਰਦਾ ਕਿਸੇ ਨੂੰ ਪੁੱਛਦਾ ਵੀ ਭਰਾ ਜੀ ਇਹ ਫਾਰਮ ਦਾ ਸਿਸਟਮ ਕਿਵੇਂ ਆ ਤਾਂ ਉਹ ਬੰਦਾ ਉਹਨੂੰ ਪ੍ਰੋਪਰ ਗਾਈਡ ਨਹੀਂ ਕਰਦਾ ਪ੍ਰੋਪਰ ਉਹਨੂੰ ਦੱਸਦਾ ਨਹੀਂ ਹੈਗਾ ਵੀ ਫਾਰਮ ਦਾ ਜੋ ਮੈਨੇਜਮੈਂਟ ਆ ਜੋ ਫਾਰਮ ਦਾ ਸਿਸਟਮ ਆ ਉਹ ਕਿਵੇਂ ਉਹ ਬੰਦਾ ਉਹਨੂੰ ਸਿਰਫ ਦੋ ਗੱਲਾਂ ਕਹਿ ਕੇ ਗੱਲ ਠੱਪ ਕਰ ਦਿੰਦਾ ਉਹ ਪਹਿਲਾਂ ਉੱਥੋਂ ਇਹ ਸੋਚ ਲਾ ਲੈਂਦਾ ਵੀ ਬੰਦਾ ਇਹ ਸਿਰਫ ਜਾਣਕਾਰੀ ਹਾਸਲ ਕਰਦਾ ਫਿਰਦਾ ਜਾਂ ਮੇਰੇ ਤੋਂ ਮਾਲ ਖਰੀਦਣਾ ਹੈ ਜੇ ਤਾਂ ਉਸ ਬੰਦੇ ਨੇ ਕਹਿਤਾ ਵੀਰ ਜੀ ਮੈਨੂੰ ਨੌਲੇਜ ਚਾਹੀਦੀ ਆ ਤਾਂ ਉਹ ਸਮਝ ਲੈਂਦਾ ਫਾਰਮਰ ਵੀ ਇਹ ਮਾਲ ਖਰੀਦਣ ਨਹੀਂ ਆਇਆ ਤਾਂ ਮੇਰਾ ਦਿਮਾਗ ਖਾਣਾ ਆ ਅਤੇ ਫਾਰਮਰ ਫਿਰ ਦੋ ਹੀ ਗੱਲਾਂ ਕਰਦੇ ਆ ਜੀ ਵੀ ਬਾਈ ਜੀ ਤੁਸੀਂ ਕੰਮ ਕੋਈ ਨਹੀਂ ਜਿੱਦਣ ਕੰਮ ਸ਼ੁਰੂ ਕਰਨਾ ਹੈ ਦੱਸ ਦਿਓ ਉਹਨੂੰ ਅਸੀਂ ਮਾਲ ਦੇ ਦਿਓ ਬਸ ਗੱਲ ਖਤਮ ਦੱਸ ਉਸ ਤੋਂ ਬਾਅਦ ਦੁਬਾਰਾ ਕੋਈ ਗੱਲਬਾਤ ਨਹੀਂ ਜੀ ਉਹ ਕਰਦੇ ਦੇਖੋ ਜੀ ਮੈਂ ਇੱਕ ਆਮ ਜਿਹਾ ਕਿਸਾਨ ਹਾਂ ਮੈਂ ਕੋਈ ਹਾਈ ਫਾਈ ਨਹੀਂ ਹੈਗਾ ਨਾ ਤਾਂ ਮੈਨੂੰ ਪੱਗਾਂ ਬੰਨ੍ਹ ਕੇ ਕੋਚਨੀਆਂ ਟੋਪ ਦੇ ਨਾਲ ਬਹਿ ਕੇ ਮੈਂ ਆਪਣੇ ਪਿੱਗ ਫਾਰਮ 'ਚ ਬੈਠਾ ਇਹੀ ਮੇਰੀ ਰੋਜ਼ੀ ਆ ਇਹੀ ਮੇਰੀ ਰੋਟੀ ਆ ਆ ਮੇਰੇ ਪਿੱਛੇ ਮੁੰਡੇ ਬੈਠੇ ਨੇ ਜੀ ਮੇਰੇ ਦਿਨੇ ਟ੍ਰੇਨਿੰਗ ਕਰਨ ਆਇਆ ਮੈਂ ਜ਼ਿਮੀਂਦਾਰਾਂ ਦੇ ਮੁੰਡੇ ਆ 5-5, 7-7 ਕਿੱਲਿਆਂ ਦੇ ਠੀਕ ਹੈ ਜੀ ਆਪ ਫੀਡ ਪਾਉਂਦੇ ਨੇ ਆਪ ਹੀ ਫਾਰਮ ਧੋਂਦੇ ਨੇ ਆਪ ਹੀ ਟੀਕੇ ਲਾਉਂਦੇ ਨੇ ਟੋਟਲੀ ਕੰਮ ਆਪ ਕਰਦੇ ਨੇ ਕਿਉਂਕਿ ਜੇ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਫੀਡ ਕਿੰਨੇ ਵੇਟ ਦੇ ਜਾਨਵਰ ਨੂੰ ਕਿੰਨੀ ਪਾਉਣੀ ਆ ਫਾਰਮ ਕਿਵੇਂ ਚਲਾ ਲੈਣਗੇ ਜੀ ਮੇਰੀਆਂ ਗੱਲਾਂ ਜੀ ਸਾਫ਼ ਸਪਸ਼ਟ ਹੁੰਦੀਆਂ ਨੇ ਮੈਨੂੰ ਹਜੇ ਡੇਢ ਪੌਣੇ 2 ਸਾਲ ਹੋਇਆ ਕੰਮ ਦੇ ਵਿੱਚ ਪਰ ਜਿੰਨਾ ਕੁ ਮੈਂ ਧੱਕੇ ਖਾਧੇ ਨੇ ਜਿੰਨਾ ਕੁ ਮੈਂ ਮੇਰੀ 35 ਸਾਲ ਦੀ ਉਮਰ ਆ 20 ਸਾਲ ਦਾ ਮੇਰਾ ਤਜਰਬਾ ਹੈ 16ਵੇਂ ਸਾਲ ਤੋਂ ਮੈਂ ਖੇਤੀ ਕਰਨ ਲੱਗ ਗਿਆ ਸੀ ਮੇਰਾ 20 ਸਾਲ ਦਾ ਤਜਰਬਾ ਵੀ ਨਾ ਤਾਂ ਖੇਤੀ ਵਿੱਚ ਝੱਟ ਕੁਛ ਬਚਾ ਸਕਦਾ ਨਾ ਪਸ਼ੂਆਂ ਦੇ ਵਿੱਚ ਕੁਛ ਬਚਾ ਸਕਦਾ ਨਾ ਕਿਸੇ ਹੋਰ ਕੰਮ 'ਚ ਬਚਾ ਸਕਦਾ ਬੰਦਾ ਪੈਸੇ ਬਚਾਉਂਦਾ 2 ਨੰਬਰ ਦੇ ਕੰਮ ਕਰਕੇ ਸਿੱਧੀ ਸਾਫ਼ ਸਪਸ਼ਟ ਗੱਲ ਠੀਕ ਹੈ ਜੀ 2 ਨੰਬਰ ਵਾਲਾ ਅੱਜ ਵੀ ਡੁੱਬਿਆ ਕੱਲ੍ਹ ਵੀ ਵਿੜ ਗਿਆ ਜਿੱਦਣ ਕਿਤੇ ਚੜ ਗਿਆ ਧੱਕੇ ਕਿਸੇ ਦੇ ਰਗੜਿਆ ਜਾਊਗਾ 10 ਨਹੁੰਆਂ ਦੀ ਕਿਰਤ ਆ ਜਿਹੜੀ ਉਹ ਬੰਦੀ ਫਾਦੀ ਆ ਹੋਰ ਕੁਛ ਨਹੀਂ ਫਾਦਾ ਜਿੰਨੇ ਵੀ ਫਾਰਮਰ ਮੈਨੂੰ ਫੋਨ ਕਰਦੇ ਨੇ ਉਹਨਾਂ ਦਾ ਇੱਕ ਹੀ ਕਹਿਣਾ ਭਰਾ ਜੀ ਇਸ ਕੰਮ ਵਿੱਚ ਕੁਛ ਬਚਦਾ ਮੈਂ ਕਿਹਾ ਭਰਾ ਜੀ ਆਪਣੇ ਘਰ ਵਿੱਚ ਆਟਾ ਪਿਆ ਹੋਵੇ ਜਿੰਨਾ ਚਿਰ ਉਹਨੂੰ ਗੁੰਨ ਕੇ ਵੇਲ ਕੇ ਤਵੇ ਦੇ ਉੱਪਰ ਨਹੀਂ ਪਾਇਆ ਜਾਂਦਾ ਪਕਾਇਆ ਨਹੀਂ ਜਾਂਦਾ ਉਹਨਾਂ 'ਚ ਤੁਸੀਂ ਖਾ ਸਕਦੇ ਹੋ ਪਹਿਲਾਂ ਪ੍ਰੈਕਟੀਕਲ ਕਰੋ ਜੀ ਆਪ ਸਿੱਖੋ ਫਾਰਮ ਤਿਆਰ ਕਰੋ ਮਾਲ ਪਾਓ
ਅਤੇ ਉਸ ਤੋਂ ਬਾਅਦ ਆਪਣਾ ਫਾਰਮ ਚਲਾਓ। ਅਤੇ ਸਭ ਤੋਂ ਵੱਡੀ ਗੱਲ ਮੈਂ ਫਾਰਮਰ ਵੀਰਾਂ ਨੂੰ ਕਹਿਣਾ ਚਾਹੁੰਦਾ, ਠੀਕ ਹੈ ਜੀ, ਮੇਰੀ ਗੱਲ ਚਾਹੇ ਬੁਰੀ ਲੱਗੇ ਚਾਹੇ ਜਿਵੇਂ ਵੀ ਲੱਗੇ, ਮੈਨੂੰ ਕੋਈ ਪਰਵਾਹ ਨਹੀਂ। ਮੈਂ ਤਾਂ ਸਿੱਧੀ ਸਾਫ ਸਪਸ਼ਟ ਗੱਲ ਇਹ ਕਰਦਾ ਵੀ ਬੰਦਾ ਸੁਪਨੇ ਸਜਾਉਂਦਾ ਜੀ ਕੁਛ ਪਾਉਣ ਵਾਸਤੇ, ਉਹਦੇ ਅਰਮਾਨ ਨੇ, ਸਾਡੇ ਵੀ ਅਰਮਾਨ ਸੀ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਬੰਦੇ ਕੋਲ। ਮੈਂ ਗਿਆ ਸੀ ਫਾਰਮ ਸਟਾਰਟ ਕਰਨ ਤੋਂ ਪਹਿਲਾਂ, ਪੌਣੇ ਦੋ ਸਾਲ ਪਹਿਲਾਂ, ਉਹ ਬੰਦਾ ਦਰਾਹੇੜੀ ਸਾਈਡ ਦਾ। ਉਸ ਬੰਦੇ ਨੂੰ ਕਿਹਾ ਭਰਾ ਜੀ ਵੀ ਸਾਨੂੰ ਫਾਰਮ ਦਿਖਾ ਦਿਓ, ਉਸ ਬੰਦੇ ਨੇ ਸਾਨੂੰ ਫਾਰਮ ਦੇ ਅੰਦਰ ਨਹੀਂ ਜਾਣ ਦਿੱਤਾ। ਵਾਇਰਸ ਆ ਜੂਗਾ ਜੀ ਕਹਿੰਦਾ, ਠੀਕ ਹੈ ਜੀ। ਨੰਬਰ ਦੋ, ਮੈਂ ਉਹਨੂੰ ਕਿਹਾ ਭਰਾ ਜੀ ਸਾਨੂੰ ਆ ਤੁਸੀਂ ਇੱਕ ਰੈਸਪੀ ਬਣਾ ਰਹੇ ਹੋ, ਇਹ ਰੈਸਪੀ ਜਿਹੜੀ ਅਚਾਰ ਪੋਰਕ ਦੀ ਬਣਾ ਰਹੇ ਹੋ, ਮੈਨੂੰ ਦੇ ਦਿਓ, ਸਾਡੇ ਮੁੰਡੇ ਗੇਮ ਕਰਦੇ। ਭਰਾ ਜੀ ਸਾਤੋਂ ਲੈ ਜਾਓ 600 ਰੁਪਏ ਕਿਲੋ, ਤੁਸੀਂ ਬਣਾ ਨਹੀਂ ਸਕਦੇ। ਫਿਰ ਉਸ ਨੇ ਕਿਹਾ ਭਰਾ ਜੀ ਇਹ ਫੀਡ ਲਿਖੋ ਕਿਵੇਂ ਪੈਂਦੀ ਆ, ਜਿਹੜਾ ਫਾਰਮੂਲਾ ਇਹ ਭਰਾ ਜੀ ਅਮੈਰੀਕਾ ਤੋਂ ਆਉਂਦੀ ਆ, ਤੁਸੀਂ ਇਹ ਲੈ ਨਹੀਂ ਸਕਦੇ। ਉਸ ਬੰਦੇ ਨੇ ਮੈਨੂੰ ਇੰਨਾ ਤਾਂ ਮਿਸਗਾਈਡ ਕੀਤਾ, ਪਰ ਮੈਂ ਇੱਕ ਦ੍ਰਿੜਤਾ ਵਰਤੀ। ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਵੀ ਜੰਮੇ ਆਪਣੀ ਮਾਵਾਂ 'ਤੇ, ਜੇ ਤੂੰ ਵੀ ਜੰਮਿਆ ਵਾ, ਇੱਕ ਦਿਨ ਐਸਾ ਆਊਗਾ ਮੈਂ ਆਪਣਾ ਕੰਮ ਚਲਾ ਕੇ ਦਿਖਾਇਆ। ਮੈਂ ਸਰਚ ਕਰਦਾ ਰਿਹਾ, ਮੈਂ ਗਿਆ, ਮੈਂ ਰੋਇਲ ਗਰੀਨ ਫਾਰਮ ਦੀ ਟ੍ਰੇਨਿੰਗ ਵੀ ਲਿੱਤੀ। ਉਸ ਤੋਂ ਬਾਅਦ ਫਿਰ ਮੈਂ ਇੱਧਰ ਉੱਧਰ ਪੂਰਾ ਪ੍ਰੋਪਰ ਕਰਨ ਤੋਂ ਬਾਅਦ ਮੈਂ 7-20 ਮਿਲ ਮੋਰ ਤੋਂ ਕੰਮ ਸ਼ੁਰੂ ਕਰ। ਜਦੋਂ ਮੈਨੂੰ 4-4.5 ਮਹੀਨੇ ਬਾਅਦ ਪਤਾ ਲੱਗਿਆ ਵੀ ਮੈਨੂੰ ਪੈਸੇ 'ਚ 50-60 ਹਜ਼ਾਰ ਬਚ ਰਿਹਾ, ਮੈਂ ਕਿਹਾ ਮਾਲ ਵੇਚਣਾ ਨਹੀਂ, ਮੈਂ ਹੋਰ ਵਧਾਉਂਦਾ। ਫਿਰ ਉਸ ਤੋਂ ਬਾਅਦ ਮੈਂ ਹੋਰ ਮਾਲ ਪਾਇਆ, ਹੋਰ ਮਾਲ ਪਾ ਕੇ ਅੱਜ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ। ਉਸ ਦੇ ਤਰੀਕ ਆਏ ਜਾਣਾ ਪੜਾ, ਅਤੇ ਇਹ ਪਿੱਛੇ ਜਿਹੜਾ ਸ਼ੈੱਡ ਆ ਮੇਰਾ, ਇਹ 30x70 ਦਾ, ਅਤੇ ਪਲੱਸ ਆਹ ਜਿਹੜਾ ਤੁਸੀਂ ਆ ਦੇਖੋ ਦਰਵਾਜ਼ਾ ਦੇਖ ਰਹੇ ਹੋ, ਇਹ ਦਰਵਾਜ਼ਾ ਮੇਰਾ 50x70। ਸਾਹਮਣੇ ਜਿੱਥੇ ਐਂਟਰੀ ਆ, ਉਹ ਐਂਟਰੀ ਦੇ ਬਾਹਰ ਸਾਡਾ 45x90 ਦਾ ਕੱਲ੍ਹ ਮੈਪ ਬਣ ਚੁੱਕੇ ਆ। ਅੱਜ ਤਰੀਕ 27 ਆ, 26 ਤਰੀਕ ਨੂੰ ਮੈਪ ਉੱਥੇ ਹੋ ਗਿਆ। 1 ਤਰੀਕ ਦਾ ਕੰਮ ਸ਼ੁਰੂ ਆ, ਅਸੀਂ ਅੱਗੇ 120 ਮਿਲੀ ਪ੍ਰੋਪਰ ਗਾਈਡੈਂਸ ਮਿਲ ਜਾਵੇ, ਕੋਈ ਉਹ ਬੰਦਾ ਉਸਨੂੰ ਗਾਈਡ ਕਰ ਦੇਵੇ ਵੀ ਵੀਰ ਜੀ ਫਿਕਰ ਨਾ ਕਰੋ। ਤਾਂ ਜੀ ਮੈਨੂੰ ਇੰਨੇ ਕਾਲ ਆਉਂਦੇ ਨੇ, ਮੈਂ 1 ਮਿੰਟ ਤੋਂ ਪਹਿਲਾਂ ਫੋਨ ਚੱਕਦਾ, ਮੈਨੂੰ ਲੋਕ ਬਹੁਤ ਹੀ ਕਹਿੰਦੇ ਨੇ ਸੰਗੀਤ ਰੰਧਾਵੇ ਯਾਰ ਫੋਨ ਥੋੜ੍ਹੇ ਲੇਟ ਚੱਕਿਆ, ਕਿ ਟੋਰ ਵੱਧਦੀ ਆ, ਮੈਂ ਟੋਰ ਨਹੀਂ ਬਣਾਉਣ ਚਾਹੁੰਦਾ ਬਾਈ ਜੀ, ਕਿਉਂਕਿ ਜਿੰਨੇ ਵੀ ਧੱਕੇ ਮੈਂ ਕੱਢਦੇ, ਮੈਂ ਨਹੀਂ ਚਾਹੁੰਦਾ ਹੈਗਾ ਵੀ ਕੋਈ ਮੇਰਾ ਕੋਈ ਭਰਾ, ਕੋਈ ਕਿਸਾਨ ਭਰਾ, ਮੈਂ ਬਾਬੇ ਨਾਨਕ ਦੇ ਪਿੱਛੇ ਦੇ ਚੱਲਦਾ, ਮੈਂ ਤਕਰੀਬ ਤੇਰਾ ਦੇ ਨਾਲ ਹੀ ਚੱਲਦਾ। ਜਿੰਨਾ ਕੁ ਮੇਰੇ ਕੋਲ ਹੁਨਰ ਹੈਗਾ ਮੈਂ ਕਹੂੰਗਾ, ਅਸੀਂ ਟ੍ਰੇਨਿੰਗ ਵੀ ਦੇ ਰਹੇ ਵਿੱਚ ਰੋਟੀ ਵਿੱਚ ਰਹਿਣਾ, ਅਤੇ ਟ੍ਰੇਨਿੰਗ ਵਿੱਚ ਇੱਕ ਬੁੱਕ ਬਣਾ ਕੇ ਦੇ ਰਹੇ ਹਾਂ ਪ੍ਰੋਪਰ, ਜਿਹਦੇ ਵਿੱਚ ਵੀ ਜਿਹਦੇ ਵਿੱਚ ਫਾਰਮ ਦੀ ਪੂਰੀ ਮੈਨੇਜਮੈਂਟ ਆ, ਉਹ ਸਾਰਾ ਟੋਟਲ ਅਸੀਂ 5000 ਦੇ ਰਹੇ ਹਾਂ। ਉਸ ਤੋਂ ਬਾਅਦ ਕਈ ਬੰਦੇ ਮੇਰੇ ਬਾਰੇ ਇਹ ਸੋਚਦੇ ਹੋਣਗੇ ਵੀ ਯਾਰ 1.5-2 ਸਾਲ ਪਹਿਲਾਂ ਫਾਰਮ ਰੋਕਿਆ ਸੀ, ਅੱਗੇ ਟ੍ਰੇਨਿੰਗ ਵੀ ਦੇਣ ਲੱਗ ਗਿਆ। ਸਿਆਣਿਆਂ ਦੀ ਕਹਾਵਤ ਆ ਜੀ ਵੀ ਕਈ ਵਾਰੀ ਚੇਲਾ ਗੁਰੂ ਤੋਂ ਅੱਗੇ ਨਿਕਲ ਜਾਂਦਾ, ਪਰ ਮੈਂ ਆਪਣੇ ਗੁਰੂ ਹਮੇਸ਼ਾ ਉੱਚਾ ਸਮਝਦਾ, ਮੈਂ ਅੱਗੇ ਨਿਕਲਣਾ ਚਾਹੁੰਦਾ। ਅਵਾਰਡ 2 ਹੁੰਦੇ ਨੇ, ਗੁਰੂ ਦਰੋਣਾਚਾਰੀ ਅਵਾਰਡ ਅਤੇ ਅਰਜਨ ਅਵਾਰਡ। ਅਰਜਨ ਗੁਰੂ ਦੇ ਹੀ ਚੇਲਾ ਸੀ, ਅਵਾਰਡ ਅੱਜ ਵੀ ਉਹਦੇ ਨਾਲ ਦਿੱਤਾ ਜਾਂਦਾ। ਪਰ ਕੁਛ ਐਸਾ ਕਰ ਜਾਓ ਵੀ ਜਿਸ ਦੇ ਨਾਲ ਤੁਹਾਨੂੰ ਦੁਨੀਆ ਯਾਦ ਕਰੇ, ਕੁਛ ਐਸਾ ਕਰਕੇ ਦਿਖਾਓ ਵੀ ਜਿਹੜੀ ਤੁਹਾਡੀ ਜੱਗ ਵਿੱਚ ਸੋਭਾ ਹੋ ਜਾਵੇ, ਨਾ ਕਿ ਤੁਹਾਨੂੰ ਦੂਸਰੇ ਪਿੰਡੇ ਗਾਲਾਂ ਕੱਢਣ ਅਗਲੇ ਯਾਰ ਵੀ ਥੂਆ ਉਸ ਬੰਦੇ ਦੀ, ਉਸ ਬੰਦੇ ਨੇ ਮੈਨੂੰ ਆਹ ਕੁਛ ਦਿੱਤਾ ਸੀ। ਇੱਕ ਮੇਰਾ ਭਰਾ ਜਾ ਕੇ ਕਿਸੇ ਬੰਦੇ ਤੋਂ 10-20 ਮੇਲਾ ਲਿਆਇਆ, 10-20 ਮੇਲਾ ਲਿਆਉਣ ਤੋਂ ਬਾਅਦ ਉਸ ਬੰਦੇ ਦੀਆਂ 4-20 ਮੇਲਾਂ ਖਾਲੀ ਨਿਕਲ ਗਈਆਂ, ਅਤੇ ਉਸਦੀਆਂ 3-20 ਮੇਲਾਂ ਨੇ ਬੱਚੇ ਅੱਧੇ ਮਰੇ ਵੀ ਅਤੇ ਅੱਧੇ ਜਿਵੇਂ ਉੱਤੇ। ਉਸ ਬੰਦੇ ਨੇ ਕੀ ਸੁਪਨਾ ਸਜਾਇਆ ਹੋਗਾ? ਫਾਰਮਰ ਤਾਂ ਕੀ ਕਰਦੇ ਨੇ, ਮੈਂ ਸਭ ਨੂੰ ਨਹੀਂ ਕਹਿੰਦਾ, ਤੱਕੜੀ ਨਹੀਂ ਤੋਲਦਾ, ਮੈਂ ਸਭ ਫਾਰਮਰ ਨੂੰ ਇੱਕ ਰਿਕੁਐਸਟ ਕਰ ਰਿਹਾ ਵੀ ਭਰਾ ਉਹ ਬੰਦੇ ਨੂੰ ਪ੍ਰੋਪਰ ਗਾਈਡ ਕਰੋ। ਫਾਰਮਰ ਇੱਕ ਬੰਦੇ ਨੂੰ ਬਹੁਤ ਵੱਡਾ ਸੁਪਨਾ ਦਿਖਾ ਦਿੰਦੇ ਨੇ, ਉਹ ਕਹਿੰਦੇ ਨੇ ਜੀ ਤੁਸੀਂ 10 ਸੂਰੀਆਂ ਲੈ ਜਾਓ, ਤੁਹਾਡੀਆਂ ਸੂਰੀਆਂ ਸੁਣਦੀਆਂ, ਤੁਹਾਨੂੰ ਇਹ ਬੱਚੇ 90 ਜਾਂ 95 ਦੇਣਗੀਆਂ। 90 ਬੱਚੇ ਤੁਹਾਡੇ 3000 ਦੇ ਹਿਸਾਬ ਨਾਲ 9-3 27-2,70,000 ਤੁਹਾਡਾ ਮਾਲ ਆ। 1 ਸਾਲ 'ਚ 2 ਵਾਰੀ ਸੁਣਦੀਆਂ, ਉਹ ਫਾਰਮਰ ਦੀ ਅੱਖਾਂ ਖੁੱਲ੍ਹ ਜਾਂਦੀਆਂ, ਉਹ ਸੋਚਦਾ ਯਾਰ 2,70,000 1 ਵਾਰ 2,70,000 1 ਵਾਰ, ਮੈਂ ਤਾਂ ਪੈਸੇ ਹੀ ਬਹੁਤ ਮਾਰੇ। ਉਹ ਸੁਪਨੇ ਸਜਾ ਲੈਂਦਾ ਜੀ, ਮਾਲ ਤੁਹਾਡੇ ਕੋਲੋਂ ਲੈ ਜਾਂਦਾ, ਮਾਲ ਲਿਜਾਣ ਤੋਂ ਬਾਅਦ ਜਦੋਂ ਜਾ ਕੇ ਸੂਰੀਆਂ ਸੁਣਦੀਆਂ ਨੇ, ਕਿਸਦੇ 4 ਬੱਚੇ, ਕਿਸਦੇ 6 ਬੱਚੇ, ਕਿਸਦੇ ਮਰੇ ਬੱਚੇ, ਕਿਸਦੇ ਕਿਵੇਂ, ਕਿਸਦੇ ਕਿਵੇਂ, ਉਹ ਕਿਉਂ ਹੁੰਦਾ? ਮੈਂ ਨਵੇਂ ਫਾਰਮਰ ਭਰਾਵਾਂ ਨੂੰ ਅਲਾਟ ਕਰ ਦੇਣਾ ਚਾਹੁੰਦਾ, ਠੀਕ ਹੈ ਜੀ, ਸਾਡਾ ਮਾਲ ਖੁਦ ਨਾ ਵਿਕੇ, ਸਾਨੂੰ ਕੋਈ ਮਤਲਬ ਨਹੀਂ ਹੈਗਾ, ਵਿਕੇ ਨਾ ਵਿਕੇ ਮੈਨੂੰ ਕੋਈ ਮਤਲਬ ਨਹੀਂ। ਮੈਂ ਨਵੇਂ ਫਾਰਮਰ ਜੋ ਫਾਰਮ ਕਰਨਾ ਚਾਹਦੇ ਹੋ ਉਹ ਅਲਾਟ ਹੋ ਜਾਓ, ਕਦੇ ਵੀ ਗੱਪਣ ਸੂਰੀ ਨਾ ਲਓ ਜੀ, ਕਦੇ ਵੀ ਗੱਪਣ ਸੂਰੀ ਨਾ ਲਓ। ਮੈਂ ਬਾਰ ਬਾਰ ਇੱਕੋ ਗੱਲ ਤੁਹਾਨੂੰ ਕਹਿ ਰਿਹਾ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ, 200 ਬੰਦੇ ਨੇ ਸੂਰੀ ਫੀਡ 'ਤੇ ਪਾਲੀ ਆ,
ਜਾਂ ਉਸ ਬੰਦੇ ਨੇ ਕਿਸ ਤਰੀਕੇ ਦੇ ਨਾਲ ਕਿਵੇਂ ਸੂਰੀ ਪਾਲੀ ਆ, ਉਹਦੀ ਪ੍ਰੋਪਰ ਕੇਅਰ ਕੀਤੀ ਆ, ਉਹਨੂੰ ਸਟਾਰਟਿੰਗ ਤੋਂ ਚੰਗੇ ਪ੍ਰੋਟੀਨ ਹਾਈ ਐਨਰਜੀ ਵਗੈਰਾ ਕੁਝ ਦਿੱਤਾ ਉਹਨੂੰ, ਉਹਦੀ ਕਿਤੇ ਇਨਬਲੀਡਿੰਗ ਵਗੈਰਾ ਤਾਂ ਨਹੀਂ ਹੋਈ ਜੀ? ਬਹੁਤ ਇਸ ਤਰ੍ਹਾਂ ਦੇ ਕਾਰਨ ਨੇ। ਤੁਹਾਨੂੰ ਨਵੇਂ ਫਾਰਮਰਾਂ ਨੂੰ ਇਹੀ ਪਤਾ ਵੀ ਜਿਹੜੀ ਪਹਿਲੀ ਸੂਆ ਸੁਰਨੇ ਦਿੱਤਾ ਤੁਸੀਂ ਜਾ ਕੇ ਪਹਿਚਾਣ ਨਹੀਂ ਸਕਦੇ ਵੀ ਇਹ ਪਹਿਲੀ ਵਾਰੀ ਵਿਆਹੀ ਵੀ ਆ, ਇਹਨੇ ਪਹਿਲੀ ਵਾਰੀ ਸੂਆ ਦਿੱਤਾ ਵਾ ਕਿ ਨਹੀਂ ਦਿੱਤਾ। ਉਹ ਸੂਰੀ ਇੱਕ ਵਾਰੀ ਸੌਣ ਤੋਂ ਬਾਅਦ ਵਿਨਿੰਗ ਕਰਾਉਣ ਤੋਂ ਬਾਅਦ ਆਪਣਾ ਸਾਰਾ ਸਰੀਰ ਮੇਨਟੇਨ ਕਰ ਲੈਂਦੀ ਆ, ਬੋਡੀ ਸਟਰਕਚਰ ਬਿਲਕੁਲ ਸਹੀ ਹੋ ਜਾਂਦਾ ਉਸਦਾ। ਉਸ ਤੋਂ ਬਾਅਦ ਦੋਵੇਂ ਸੂਏ ਤੁਹਾਨੂੰ ਫਾਰਮਰਾਂ ਨੇ ਇਹੀ ਕਹਿਣਾ ਜੀ ਪਹਿਲਾ ਸੂਆ ਇਹਦਾ, ਪਰ ਪਿਛਲੇ ਸੂਏ ਤੁਹਾਨੂੰ ਕੀ ਪਤਾ ਵੀ ਉਹ ਸੂਰੀ ਨੇ ਬੱਚੇ ਦਿੱਤੇ ਸੀ, ਓਕੇ ਦਿੱਤੇ ਸੀ, ਪਰ ਉਸਨੇ ਬੱਚਿਆਂ ਨੂੰ ਦੁੱਧ ਨਹੀਂ ਪਿਲਾਇਆ। ਉਸ ਸੂਰੀ ਨੇ ਬੱਚਿਆਂ ਨੂੰ ਦੁੱਧ ਤਾਂ ਪਿਲਾਇਆ ਸੀ, ਠੀਕ ਹੈ ਜੀ, ਪਰ ਦੁੱਧ ਪ੍ਰੋਪਰ ਨਹੀਂ ਉਤਰਿਆ। ਉਸਦਾ ਵੀ ਕਾਰਨ ਸੂਰੀ ਸੂਈ ਉਹ ਬੱਚਿਆਂ ਨੂੰ ਖਾ ਗਈ ਜਾਂ ਬੱਚਿਆਂ ਨੂੰ ਨੇੜੇ ਨਹੀਂ ਲਾਇਆ, ਜਾਂ ਅੱਧੇ ਬੱਚੇ ਵੀਕ ਨੇ ਅੱਧੇ ਬੱਚੇ ਹੈਲਥੀ ਨੇ, ਤੁਸੀਂ ਕੁਛ ਨਹੀਂ ਇਹਦੇ ਵਿੱਚ, ਤੁਹਾਨੂੰ ਕੁਛ ਕੋਈ ਨੌਲੇਜ ਨਹੀਂ, ਬਿਨਾਂ ਟ੍ਰੇਨਿੰਗ ਤੋਂ ਤੁਹਾਨੂੰ ਕੋਈ ਨੌਲੇਜ ਨਹੀਂ। ਗੱਲ ਉਹੀ ਫਿਰ ਆ ਗਈ ਵੀ ਜੇ ਆਪਾਂ ਇੱਕ ਕਿਚਨ ਆਪਣਾ ਘਰ ਦੇ ਵਿੱਚ ਰੋਜ਼ਾਨਾ ਰੋਟੀ ਬਣਦੀ ਆ, ਆਪਣੇ ਘਰ ਦੀਆਂ ਲੇਡੀਜ਼ਾਂ ਨੂੰ ਪਤਾ ਹੁੰਦਾ ਵੀ ਸਬਜ਼ੀ ਕਿਵੇਂ ਬਣਨੀ ਆ, ਦਾਲ ਕਿਵੇਂ ਬਣਨੀ ਆ, ਚਾਹ ਕਿਵੇਂ ਬਣਨੀ ਆ ਵਗੈਰਾ ਵਗੈਰਾ। ਆਪਾਂ ਨੂੰ ਆਪਾਂ ਰਸੋਈ 'ਚ ਵੜਦੀ ਜਾ ਕੇ ਅਸੀਂ ਕਹੀਏ ਜੀ ਅਸੀਂ ਸਬਜ਼ੀ ਬਣਾਓ, ਜਾਂ ਤਾਂ ਨਮਕ ਵੱਧ ਜਾਂ ਮਿਰਚ ਵੱਧ ਜਾਂ ਕੋਈ ਚੀਜ਼ ਘੱਟ ਕੋਈ ਵੱਧ, ਉਹ ਕੀ ਬਣਿਆ, ਬੇਕਾਰ ਜੀ ਆਈਟਮ ਬਣ ਗਈ। ਪਿੱਗ ਫਾਰਮ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਪ੍ਰੋਪਰ ਟ੍ਰੇਨਿੰਗ ਲਓ, ਠੀਕ ਹੈ ਜੀ, ਕਿਸੇ ਨੂੰ ਗੁਰੂ ਧਾਰੋ, ਸਿਆਣੇ ਦੀ ਕਹਾਵਤ ਆ ਗੁਰੂ ਬਿਨਾਂ ਗੱਲ ਨਹੀਂ, ਕਿਸੇ ਤੋਂ ਵੀ ਲੈ ਲਓ। ਮੈਂ ਨਹੀਂ ਕਹਿੰਦਾ, ਮੈਂ ਆਪਣੀ ਐਡ ਕਰਨ ਵਾਸਤੇ, ਮੈਂ ਆਪਣੀ ਐਡਵਰਟਾਈਜ਼ਮੈਂਟ ਵਾਸਤੇ ਵੀਡੀਓ ਨਹੀਂ ਪਾ ਰਿਹਾ, ਮੇਰੀਆਂ ਗੱਲਾਂ ਖਰੀਆਂ ਖਰੀਆਂ ਨੇ। ਕਿਤੇ ਵੀ ਤੁਹਾਨੂੰ ਟ੍ਰੇਨਿੰਗ ਮਿਲਦੀ ਹੈ, ਕਾਲੇ ਚੋਰ ਤੋਂ ਟ੍ਰੇਨਿੰਗ ਮਿਲਦੀ ਹੈ ਉੱਥੋਂ, ਪਰ ਟ੍ਰੇਨਿੰਗ ਲਓ, ਟ੍ਰੇਨਿੰਗ ਲੈਣ ਤੋਂ ਬਿਨਾਂ ਤੁਸੀਂ ਫਾਰਮ ਨਹੀਂ ਕਰ ਸਕਦੇ, ਠੀਕ ਹੈ ਜੀ। ਤੁਸੀਂ ਧੋਖਾ ਪਾਓਗੇ, ਤੁਹਾਨੂੰ ਡਿਲੀਵਰੀ ਕਰਾਉਣੀ ਨਹੀਂ ਆਉਣੀ, ਤੁਹਾਨੂੰ ਡਿਲੀਵਰੀ ਕਰਾਉਣੀ ਨਹੀਂ ਆਉਣੀ, ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਰਜਰੀ ਕਿਵੇਂ ਕਰਨੀ ਆ। ਹੁਣ ਮੇਰੇ ਕਈ ਭਰਾ ਨੇ, ਅਸੀਂ ਕਈ ਵਾਰੀ ਉਹਨੂੰ ਪੁੱਛਦੇ ਹਾਂ, ਭਰਾ ਜੀ ਬੱਚੇ ਖੱਸੀ ਨੇ ਜੇ ਲੈਣ ਜਾਂਦੇ, ਨਾ ਜੀ ਖੱਸੀ ਨਹੀਂ, ਮਹੀਨੇਵੇਂ ਦਾ ਬੱਚਾ ਹੋ ਗਿਆ, ਕਿਉਂ, ਕਿਉਂਕਿ ਉਹ ਟ੍ਰੇਨਿੰਗ ਲੱਗੀ। ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਬੱਚਾ 7 ਦਿਨ ਤੋਂ ਲੈ ਕੇ 10 ਦਿਨ ਦਾ ਬੱਚਾ ਖੱਸੀ ਹੋ ਜਾਂਦਾ, ਜੇ ਉਸ ਤੋਂ ਬਾਅਦ ਕਰੋਗੇ, ਉਹ ਕਹਿੰਦੇ ਨੇ ਜੀ ਬਾਅਦ ਨਹੀਂ, ਬਾਅਦ ਕਰਨਾ ਚਾਹੀਦਾ ਕਿਉਂਕਿ ਬੱਚਾ ਉਸ ਟਾਈਮ ਛੋਟਾ ਹੁੰਦਾ। ਸਾਨੂੰ ਸਾਡੇ ਟੀਚਰਾਂ ਨੇ, ਸਾਡੇ ਸਾਨੂੰ ਸਰਾਂ ਨੇ ਰੋਇਲ ਗ੍ਰੀਨ ਫਾਰਮ, ਸਾਨੂੰ ਇਹ ਸਿਖਾਇਆ ਗਿਆ ਵੀ ਜੇ ਤੁਸੀਂ ਬੱਚਾ ਵੱਡਾ ਖੱਸੀ ਕਰੋਗੇ, ਪਹਿਲਾਂ 4 ਕਿਲੋ ਉਹ ਲੈਸ ਕਰੂਗਾ, ਫਿਰ ਉਹੀ 4 ਕਿਲੋ ਅਪ ਕਰੂਗਾ, 8 ਕਿਲੋ ਵਿੱਚ ਆ ਗਏ, 8 ਕਿਲੋ 880 ਰੁਪਏ ਦਾ ਬਣ ਗਿਆ, ਅਸੀਂ ਕਿੱਥੇ ਪਹੁੰਚ ਗਏ, ਠੀਕ ਹੈ ਜੀ। ਪ੍ਰੋਪਰ ਟ੍ਰੇਨਿੰਗ, ਸੂਰ ਨੂੰ ਕੰਨ ਤੋਂ 90 ਕਿਲੋ ਦੇ, 1 ਕੁਇੰਟਲ ਦੇ ਸੂਰ ਨੂੰ ਕੰਨ ਤੋਂ ਫੜਨਾ ਟੀਕਾ, ਪਹਿਲਾਂ ਇੱਕ ਹੱਥ ਨਾਲ ਫੜਨਾ, ਫਿਰ ਦੂਏ ਹੱਥ ਨਾਲ ਉਸਦੇ ਟੀਕਾ ਲਾਉਣਾ, ਇਹ ਕੋਈ ਖਲਾਈ ਦਾ ਵੜਾ ਨਹੀਂ, ਇਹਦੇ ਮੈਂ ਸਫਾਈ ਵਾਂਗ ਸੰਗਲ ਨਹੀਂ ਪਾਇਆ ਵਾ ਵੀ ਤੁਸੀਂ ਇਹ ਟੀਕਾ ਲਾ ਦੋਗੇ। ਪ੍ਰੋਪਰ ਟ੍ਰੇਨਿੰਗ, ਪ੍ਰੋਪਰ ਨੌਲੇਜ ਤੋਂ ਬਿਨਾਂ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਬਸ ਮੈਂ ਇੱਕ ਫਾਰਮਰ ਵੀਰਾਂ ਨੂੰ ਇਹ ਬੇਨਤੀ ਕਰ ਰਿਹਾ ਵੀ ਫਾਰਮਰ ਵੀਰੋ, ਜੋ ਤੁਹਾਡੇ ਕੋਲ ਬੰਦਾ ਕੋਈ ਨਵਾਂ ਫਾਰਮਰ ਆਉਂਦਾ, ਉਸਨੂੰ ਬਹਿ ਕੇ ਪ੍ਰੋਪਰ ਤਰੀਕੇ ਨਾਲ ਸਮਝਾਓ। ਸਭ ਤੋਂ ਪਹਿਲਾਂ ਉਹਨੂੰ ਉਹ ਦੱਸੋ ਵੀ 70% ਫਾਰਮ ਦੇ ਉੱਪਰ ਫੀਡ ਦਾ ਖਰਚਾ, ਜੇ ਤੁਹਾਡੀ ਜੇਬ ਅਲਾਓ ਕਰਦੀ ਆ, ਤੁਹਾਡੇ ਕੋਲ ਪੈਸੇ ਹੈਗੇ ਨੇ, ਤੁਸੀਂ ਜਾਨਵਰ ਨੂੰ ਆਪਣੇ ਬੱਚਿਆਂ ਨੂੰ 1 ਸਾਲ ਤੱਕ ਫੀਡ ਖਿਲਾ ਸਕਦੇ ਹੋ, ਤਾਂ ਫਾਰਮ ਕਰਿਓ, ਨਹੀਂ ਫਾਰਮ ਨਾ ਕਰਿਓ, ਕਿਉਂਕਿ ਫਾਰਮ ਵੀ ਬਣਾ ਲਉਂਗੇ, ਬੱਚੇ ਵੀ ਟੌਪ ਦੀ ਪੀਰੀਅਡ ਪਾ ਲਉਂਗੇ, ਪਰ ਉਹਨੂੰ ਖਿਲਾਓਗੇ ਕੀ? ਫਾਰਮ ਡੁੱਬਣ ਦਾ ਅਸਲੀ ਕਾਰਨ ਇਹੀ ਆ, ਬੰਦੇ ਫਾਰਮ ਕਰ ਲੈਂਦੇ ਆ, ਉਹਨੂੰ ਪ੍ਰੋਪਰ ਕੋਈ ਬੰਦਾ ਦੱਸਦਾ ਨਹੀਂ। 40,000 ਰੁਪਈਆ ਇੱਕ ਸੂਰੀ ਦੇ ਉੱਪਰ ਖਰਚਾ ਆਉਂਦਾ ਸਾਲ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਵੀ ਫੀਡ ਕਿੰਨੀ ਖਾਂਦੀ ਆ, ਉਹਦਾ ਦਵਾਈਆਂ ਦਾ ਕਿਆ ਖਰਚਾ, ਲੇਬਰ ਦਾ ਕੀ ਖਰਚਾ, ਇਲੈਕਟ੍ਰੀਸਿਟੀ ਦਾ ਕੀ ਖਰਚਾ, ਸਾਰਾ ਕੁਛ ਮਲਾ ਮਨੂ ਕੇ ਖਰਚਾ ਹੋ ਜਾਂਦਾ, ਹੱਦ ਤੋਂ ਵੱਧ, ਬੰਦੇ ਦੀ ਜੇਬ ਅਲਾਓ ਨਹੀਂ ਕਰਦੀ। ਅਤੇ ਅਖੀਰ ਨੂੰ ਕੀ ਨੌਬਤ ਆਉਂਦੀ ਆ, ਕੋਈ ਦਲਾਲ ਆਉਂਦਾ, ਉਹ ਕਹਿੰਦਾ ਜੀ ਮਾਲ ਵਿਕਾਊਗਾ, ਅਸੀਂ ਕਹਿੰਦੇ ਜੀ ਵਿਕਾਊਗਾ, ਕਿਉਂਕਿ ਸਾਡੇ ਤਾਂ ਪ੍ਰਾਣ ਸੁੱਕੇ ਪਏ ਹੁੰਦੇ ਨੇ, ਹਾਂਜੀ ਵਿਕਾਊਗਾ ਜੀ ਰੇਟ। ਉਹਨੂੰ ਇਹ ਹੁੰਦਾ ਵੀ ਬਸ ਦਲਾਲ ਨੂੰ ਇੱਕ ਵਾਰੀ ਮੜ ਜਾ, ਮੈਂ ਮੁੜ ਕੇ ਦਲਾਲ ਕੋਈ ਸੌਦੇਬਾਜ਼ੀਆਂ ਚੱਕਰਾਂ 'ਚ ਨਾ ਪਵੇ। ਇੱਕ ਰੇਟ ਕਹਿੰਦੇ ਜੀ 3,000, ਦਲਾਲ ਕਹਿੰਦਾ ਜੀ ਨਹੀਂ ਜੀ ਮੈਂ 2400 ਨੂੰ ਪਲਾਣੀ ਜਗ੍ਹਾ, ਅਗਲਾ ਕਹਿੰਦਾ ਜੀ ਲਿਆਓ 2500 ਦੇ ਦਿਓ, 2400 ਦੇ ਦਿਓ, 2300 ਦੇ ਦਿਓ। ਦਲਾਲ ਨੂੰ ਜਿਵੇਂ ਸੱਪ ਦੇ ਮੂੰਹ ਨੂੰ ਖੂਨ ਲੱਗ ਗਿਆ, ਦਲਾਲ ਨੂੰ ਲਾਲਚ ਜਾ ਗਿਆ, ਉਹ ਤੁਸੀਂ ਕਿਸੇ ਦੂਸਰੇ ਫਾਰਮ ਵਿੱਚ ਜਾਊਗਾ, ਉਹ ਜਾ ਕੇ ਉਹਨੂੰ ਕਹੂਗਾ ਜੀ ਮੈਂ ਫਲਾਣੇ ਫਾਰਮ 'ਚੋਂ 2400 ਨੂੰ ਮਾਲ ਖਰੀਦਿਆ, ਤੁਸੀਂ ਹੱਦ ਕਰ ਦਿਓ, 3000 ਨੂੰ ਦੇ ਰਹੇ ਹੋ। ਇਸ ਕਰਕੇ ਫਾਰਮ ਨੂੰ ਤਾਂ ਕਰੋ ਜੇ ਤੁਹਾਡੀ ਜੇਬ ਦੇ ਵਿੱਚ ਬਜਟ ਹੈ, ਤੁਹਾਡੇ ਕੋਲ ਪੈਸੇ ਹੈਗੇ ਨੇ, ਲੋਨ ਲੈ ਕੇ ਫਾਰਮ ਨਾ ਕਰੋ। ਸਰਕਾਰੀ ਡਾਕਟਰ ਵੀ ਇਹੀ ਨੌਲੇਜ ਹੈ, ਜੋ ਚੰਗਾ ਸਰਕਾਰੀ ਡਾਕਟਰ ਆ ਤੁਹਾਨੂੰ ਕਦੇ ਮਿਸਗਾਈਡ ਨਹੀਂ ਕਰੂਗਾ, ਉਹ ਤੁਹਾਨੂੰ ਕਹੂਗਾ ਵੀ ਕਦੇ ਵੀ ਲੋਨ ਲੈ ਕੇ ਫਾਰਮ ਨਾ ਕਰੋ, ਜੇ ਤੁਸੀਂ ਲੋਨ ਲਓਗੇ ਤਾਂ ਉਹਦੇ ਵਿੱਚ ਤੁਸੀਂ ਡੁੱਬੋਗੇ, ਤੁਹਾਨੂੰ ਨੌਲੇਜ ਨਹੀਂ ਹੋਈ ਤਾਂ ਵੀ ਤੁਸੀਂ ਡੁੱਬੋਗੇ। ਤੁਸੀਂ ਮਾਲ ਕਿਸ ਤੋਂ ਖਰੀਦ ਲਿਆ, ਤੁਸੀਂ ਪਤਾ ਕੀ ਕਰਦੇ ਹੋ ਨਵੇਂ ਫਾਰਮਰ, ਤੁਸੀਂ ਸੋਚਦੇ ਹੋ ਛੋਟੇ ਬੱਚੇ ਲੈ ਲਓ, ਸੂਰੀਆਂ ਲੈ ਲਓ, ਸੂਰੀਆਂ ਲਿਆਓ ਸੋਨੇ ਵਾਲੀਆਂ,
ਉਹ ਆਉਣਗੀਆਂ ਆਉਂਦੀ ਸਾਰੇ ਸਾਨੂੰ ਉਹਨੇ ਸੁਣੀਆਂ ਨੇ ਇੰਨੇ ਬੱਚੇ ਦੇ ਦੇਣੇ ਆ ਪਰ ਤੁਹਾਨੂੰ ਅਸਲੀ ਰਿਜ਼ਲਟ ਦਾ ਨਹੀਂ ਪਤਾ ਉਹ ਜਦੋਂ ਦੇਣਗੀਆਂ ਉਸ ਟਾਈਮ ਸੋਚੋ ਵੀ ਕਦੋਂ ਦੇਣਗੀਆਂ ਕਿਆ ਉਹਦੇ ਨਾਲ ਪਹਿਲਾਂ ਕੁਛ ਕਰਿਆ ਵਾ ਬੰਦੇ ਨੇ ਜੇ ਤੁਹਾਨੂੰ ਅਸੀਂ ਕਹਿ ਦਈਏ ਮੈਂ ਹਰੇਕ ਨੂੰ ਕਹਿਣਾ ਬਾਈ ਜੀ ਜਾਂ ਤਾਂ ਪਾਓ ਬੱਚੇ ਪਿਰਗਟ ਪਿਗਲਟ ਜਾਂ ਲਓ ਗਿਲਟਾਂ ਆਪਣੇ ਫਾਰਮ 'ਤੇ ਸਾਹਮਣੇ ਖੜ ਕੇ ਅੱਖਾਂ ਦੇ ਨਾਲ ਉਹਨੂੰ ਕ੍ਰੋਸ ਕਰਵਾਓ ਉਹਨੂੰ ਆਪਣੀ ਮਰਜ਼ੀ ਦੀ ਫੀਡ ਪਾਓ ਤਿਆਰ ਕਰੋ ਦੇਖੋ ਰਿਜ਼ਲਟ ਆਹ ਮੇਰੀਆਂ ਸੋਰੀਆਂ ਸੁਣੀਆਂ ਜੀ ਪਿੱਛੇ ਫਾਰਮਰ ਮੁੰਡੇ ਵੀ ਹੈਗੇ ਨੇ 7 ਫੀਮੇਲ ਹੁਣ ਐਸੇ ਟਾਈਮ ਸੁਈਆਂ ਨੇ 10, 11, 12 ਐਵਰੇਜ ਟੁੱਟੀ ਨੇ 78 ਕਿਲੋ 75 ਕਿਲੋ 80 ਕਿਲੋ ਤਾਂ ਮੈਂ ਕ੍ਰੋਸ ਕਰਾਈਆਂ ਤੀਆਂ ਹੁਣ ਨਵੇਂ ਫਾਰਮਰ ਵਜ਼ੀਰਾਂ ਨੂੰ ਇਹ ਵੀ ਨਹੀਂ ਪਤਾ ਵੀ ਸੂਰੀ ਕ੍ਰੋਸ ਹੋਣ ਤੋਂ ਬਾਅਦ 25 ਦਿਨ ਉਹਦੀ ਕੈਸੀ ਕੇਅਰ ਬੰਬ ਕਰਨੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਗਰੋਥ ਅੰਦਰ ਪਹਿਲਾਂ ਹੀ ਹੋ ਜਾਵੇ ਠੀਕ ਹੈ ਜੀ ਉਸ ਤੋਂ ਮਹੀਨੇ ਬਾਅਦ ਤੁਸੀਂ ਜੋ ਮਰਜ਼ੀ ਪਾਓ ਜੋ ਪਹਿਲਾਂ ਇੱਕ ਵਾਰੀ ਬਣ ਗਿਆ ਉਹੀ ਰਹਿਣਾ ਪੂਰਾ ਹਾਈ ਫਾਈ ਕੰਮ ਕਰੋ ਪੂਰੀ ਨੌਲੇਜ ਨਾਲ ਕਰੋ ਇੱਕ ਸਿਸਟਮ ਨਾਲ ਕਰੋ ਆਪਣੇ ਫਾਰਮ ਵਿੱਚ ਆਪ ਮਰਨਾ ਪੈਣਾ ਆਪ ਮਰੇ ਬਿਨਾਂ ਸਵਰਗ ਨਹੀਂ ਦੇਖੂੰਗਾ ਠੀਕ ਹੈ ਜੀ ਆ ਮੈਂ ਹੁਣੇ ਫੀਡ ਪਾ ਕੇ ਹਟਿਆ ਮੁੰਡੇ ਜਿਹੜੇ ਫਿਰਦੇ ਨੇ ਉਰੇ ਸਾਰੇ ਟ੍ਰੇਨਿੰਗ ਵਾਲੇ ਨੇ ਨਾਲ ਮੈਂ ਆਪ ਉਹਨਾਂ ਦੋਨੋਂ ਟਾਈਮ ਫੀਡ ਬਣਾਉਣਾ ਰਾਤ ਤੱਕ ਆਪ ਮਰ ਰਹੇ ਹਾਂ ਆਪ ਕਰ ਰਹੇ ਹਾਂ ਤਾਂ ਕੁਛ ਖੱਟੂਗੇ ਅਸੀਂ ਨਹੀਂ ਅਸੀਂ ਖੱਟ ਨਹੀਂ ਸਕਦੇ ਸਾਰੇ ਕੰਮਾਂ ਨੂੰ ਬੈਸਟ ਕੰਮ ਆ ਵੀਹ ਮੈਂ ਸਾਰੇ ਰੱਖ ਕੇ ਦੇਖ ਲਿਆ ਮੈਂ ਹਿਸਾਰ ਫਤਿਹਾਬਾਦ ਫੱਗੂ ਰਾਜਗੜ੍ਹ ਚੂਰੂ ਕਿੱਥੋਂ ਕਿੱਥੋਂ ਮੈਂ ਮੱਝਾਂ ਨਹੀਂ ਲੈ ਕੇ ਪਾਈਆਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਉਹ ਵੀ ਇਹ ਵੀਡੀਓ ਦੇ ਵਿੱਚ ਐਡਿਟ ਕਰ ਦੂੰਗਾ ਮੈਂ ਆਪਣੀਆਂ ਖੁੱਲ੍ਹੀਆਂ ਮੇਰੀਆਂ ਕਿਵੇਂ ਖਾਲੀ ਪਈਆਂ ਨੇ 30 ਫੁੱਟ ਦਾ ਅਤੇ 50 ਫੁੱਟ ਦਾ ਲੰਬਾ ਬਰੈਡਾ ਮੇਰਾ ਖਾਲੀ ਗਿਆ ਸਿਰਫ ਇੱਕ ਮੈਸ ਮੇਰੇ ਕੋਲ ਕਿਉਂ 3-3 ਕਿੱਲੇ ਵੇਸਟ ਪਹਿਲਾਂ ਹਰਾ ਬੀਜੋ ਫਿਰ ਤੂੜੀ ਇਕੱਠੀ ਫਿਰ ਲੇਬਰ ਰੱਖੋ ਫਿਰ ਉਸ ਤੋਂ ਬਾਅਦ ਮਸ਼ੀਨ ਟੋਕੇ ਵਾਲੀ ਨਹਾਉਣ ਦਾ ਖਰਚਾ ਸਵੇਰੇ ਪਾ ਕੇ ਹਟੋ ਦੁਪਹਿਰ ਨੂੰ ਤਿਆਰ ਨੇ ਦੁਪਹਿਰ ਨੂੰ ਪਾ ਕੇ ਹਟੋ ਸ਼ਾਮ ਨੂੰ ਤਿਆਰ ਨੇ ਡੰਗਰਾਂ ਵਿੱਚ ਹਰ ਵਕਤ ਡੰਗਰ ਸ਼ਾਮ ਨੂੰ ਤੁਸੀਂ ਕਿਤੇ ਜਾ ਨਹੀਂ ਸਕਦੇ ਧਾਰਾਂ ਕੱਢਣ ਦਾ ਟਾਈਮ ਹੋ ਗਿਆ ਡੰਗਰਾਂ ਦੇ ਵਿੱਚ ਹਰ ਵਕਤ ਰਹਿਣਾ ਪੈਣਾ ਤੁਹਾਨੂੰ ਚਲੋ ਸਭ ਕੁਝ ਠੀਕ ਹੋ ਗਿਆ ਜਦੋਂ ਦੁੱਧ ਪਾਉਣ ਜਾਂਦੇ ਆ ਦੁੱਧ ਹੀ ਤੁਹਾਡਾ 1 ਪੁਆਇੰਟ ਖਾ ਜਾਂਦਾ 1 ਪੁਆਇੰਟ ਤੁਹਾਡਾ ਖਾਇਆ 6 ਰੁਪਈਏ ਦਾ ਗਿਆ ਉਸ ਤੋਂ ਬਾਅਦ ਪੁਆਇੰਟ ਖਾ ਗਿਆ ਘਰਾਂ 'ਚ ਤੁਸੀਂ ਦੁੱਧ ਪਾਉਂਦੇ ਹੋ ਉੱਥੇ ਲੋਕਾਂ ਦੇ ਨਖਰੇ ਮਾਰਨੀ ਕਿਉਂਕਿ ਲੋਕ ਲੱਸੀ ਪੀਣ ਦੇ ਆਦੀ ਹੋ ਚੁੱਕੇ ਨੇ ਮੈਂ ਕੰਮ ਦਾ ਦੁੱਧ ਦਾ ਕੰਮ ਕਿਉਂ ਛੱਡਿਆ ਕਿਉਂਕਿ ਮੈਂ ਪਿਓਰ ਦੁੱਧ ਪਾਉਂਦਾ ਸੀ ਲੋਕਾਂ ਦੇ ਘਰਾਂ 'ਚ ਦੁੱਧ ਪਾਉਣਾ ਕਿਉਂਕਿ ਮੈਂ ਖੁਦ ਆਪ ਗੇਮ ਕਰਦਾ ਰਿਹਾ ਸਪੋਰਟਸਮੈਨ ਰਿਹਾ ਮੇਰਾ ਬੇਟਾ ਮੈਂ ਨਹੀਂ ਚਾਹੁੰਦਾ ਸਭ ਦੇ ਬੱਚੇ ਇੱਕ ਸਮਾਨ ਨੇ ਮੈਂ ਕਿਸੇ ਨੂੰ ਜ਼ਹਿਰ ਕਿਉਂ ਦੇਵਾਂ ਤੇਰੇ ਮੇਰੇ ਦੁੱਧ ਦੇ ਰਤਨ ਦੇ ਵਿੱਚ ਮੈਂ ਪਾਣੀ ਨਹੀਂ ਪਾਉਣਾ ਮੈਂ ਦੁੱਧ ਪਾਉਣਾ ਪਿਓਰ ਦੁੱਧ ਪਾਉਣਾ ਲੋਕਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਲੂਜ ਮੋਸ਼ਨ ਲੱਗ ਜਾਣੇ ਕਿਉਂਕਿ ਦੁੱਧ ਗਾੜਾ ਹੁੰਦਾ ਸੀ ਚੰਗਾ ਸੀ ਬੜੇਵੇਂ ਵਗੈਰਾ ਸੀਰਾ ਸੂਰਾ ਪਾ ਕੇ ਤਾਰਵੇ ਵਗੈਰਾ ਸਭ ਕੁਝ ਪਾ ਕੇ ਦੁੱਧ ਪਾਉਂਦੇ ਲੂਜ ਪੁੱਛਣ ਲੱਗ ਗਏ ਸਵੇਰੇ ਦੂਜੇ ਦਿਨ ਮੈਨੂੰ ਕੀ ਜਵਾਬ ਮਿਲਣਾ ਭਰਾ ਜੀ ਕਹੇ ਦੁੱਧ ਪਾ ਕੇ ਸਾਡੇ ਬੱਚਿਆਂ ਤਾਂ ਲੂਜ ਪੁੱਛਣ ਲੱਗ ਗਏ ਫਿਰ ਮੈਂ ਕਿਹਾ ਵੀ ਮੈਂ ਤਾਂ ਜੀ ਦੁੱਧ ਵਿੱਚ ਪਾਣੀ ਪਾਉਣਾ ਨਹੀਂ ਅਸੀਂ ਕੰਮ ਨਹੀਂ ਕਰਨਾ ਮੱਝਾਂ ਵੇਚਣੀਆਂ ਆਹ ਤੁਹਾਡੇ ਸਾਹਮਣੇ ਰੁਪਈਆ 25-25 ਲੱਖ ਲੱਗ ਗਿਆ ਅਤੇ ਕੰਮ ਕਰਿਆ ਆਹ ਤੁਹਾਡੇ ਸਾਹਮਣੇ ਪਿੱਛੇ ਮੁੰਡਾ ਖੜਾ ਮੋਗੇ ਤੋਂ ਆਇਆ 5 ਕਿੱਲਿਆਂ ਦਾ ਮਾਲਕ ਵੀ ਆ 12,000 ਰੁਪਈਆ ਇਹਨੂੰ ਇਨਕਮ ਵੀ ਆ ਉਹ ਨਾ ਪੁੱਛੋ ਕਿੱਥੋਂ ਆ ਪਰ ਹੋ ਰਹੀ ਆ ਠੀਕ ਹੈ ਜੀ ਡੈਡੀ ਸਰਕਾਰੀ ਸਰਵੈਂਟ ਆ 60,000 ਰੁਪਏ ਤਨਖਾਹ ਏ ਪਰ ਇਹਦੇ ਫਾਦਰ ਸਾਹਿਬ ਨੂੰ ਮੈਂ ਗਾਈਡ ਕੀਤਾ ਉਹ ਕਹਿੰਦੇ ਸੀ ਅਸੀਂ ਫਾਰਮ ਨਹੀਂ ਕਰਨਾ ਇਹ ਕਹਿੰਦਾ ਭਰਾ ਜੀ ਮੇਰੇ ਡੈਡੀ ਨੂੰ ਕਹੋ ਮੈਂ ਇੱਕਣੇ ਸਮਝਾਈਆਂ ਕੋਰੀਆਂ ਕੋਰੀਆਂ ਗੱਲਾਂ ਵੀ ਜੇ ਤੁਹਾਡਾ ਮੁੰਡਾ ਪੜ੍ਹਿਆ ਲਿਖਿਆ ਅੱਜ ਐਡੀ ਵੱਡੀ ਡਿਗਰੀ ਕਰੀ ਫਿਰਦਾ ਜੀ ਇਹ ਬੀਕੌਮ ਕਰੀ ਫਿਰਦਾ ਕਹਿੰਦਾ ਭਰਾ ਜੀ ਨੌਕਰੀ ਨਹੀਂ ਮਿਲਦੀ ਟੈਨਸ਼ਨ ਲੈ ਗਿਆ ਸਰੀਰ ਦਾ ਤੁਹਾਨੂੰ ਮੈਂ ਦਿਖਾ ਦੂੰਗਾ ਫੋਟੋਆਂ ਵਿੱਚ ਹੱਥ ਤੁਹਾਡੇ ਸਾਹਮਣੇ ਮੈਨੂੰ ਫੋਨ ਕਰਿਆ ਮੈਂ ਤਾਂ ਫਾਦਰ ਸਾਹਿਬ ਨੂੰ ਸਮਝਾਇਆ ਕਹਿੰਦਾ ਫਾਦਰ ਸਾਹਿਬ ਕਹਿੰਦਾ ਜੀ ਮੁੰਡਾ ਬੇਰੁਜ਼ਗਾਰ ਫਿਰਦਾ ਮੈਂ ਇਹਦੇ ਫਾਦਰ ਸਾਹਿਬ ਨੂੰ ਕਿਹਾ ਮੈਂ ਅੰਕਲ ਜੀ ਅੱਜ ਮੁੰਡਾ ਬੇਰੁਜ਼ਗਾਰ ਆ ਥੋੜੀਆਂ ਮਿੰਨਤਾਂ ਕਰਦਾ ਕੱਲ੍ਹ ਨੂੰ ਮੁੰਡਾ ਟੈਨਸ਼ਨ ਦਾ ਮਾਰਾ ਹੁਣ ਤਾਂ ਅੱਧਾ ਹੋ ਗਿਆ ਜੇ ਨਹਿਰ ਛਾਲ ਮਾਰਤੀ ਜਾਂ ਨਸ਼ਾ ਪੱਤਾ ਕੋਈ ਕਰ ਲੱਗਿਆ ਫਿਰ ਕੀ ਕਰੋਗੇ ਇਸ ਨੂੰ ਕੰਮ ਇਹਨੂੰ ਕੰਮੇ ਤੋੜ ਦਿਉ ਉਹਨੇ ਮੇਰੀਆਂ ਗੱਲਾਂ ਸੁਣੀਆਂ ਜੀ ਸਵੇਰੇ ਇਹਨੂੰ ਬੈਗ 'ਚ ਕਰਕੇ ਮੁੰਡੇ ਨੂੰ ਤੋੜਤਾ 21 ਤਰੀਕ ਨੂੰ ਆਇਆ ਅੱਜ 27 ਮਾ 30 ਤਰੀਕ ਤੱਕ ਮੇਰੇ ਕੋਲ ਔਰ ਇਹ ਮੁੰਡਾ ਕੰਮ ਨੂੰ ਗੱਡਾ ਕਿ ਉਹ ਪਿੱਛੇ ਬੈਠਾ ਹੈ ਉਹ ਸਾਡੇ ਲੋਕਲ 1 ਕਿਲੋਮੀਟਰ ਕੁਲਦੀਪ ਉਹਦਾ ਨਾਂ ਆ ਇੰਨਾ ਕੁ ਮੁੰਡੇ ਕੰਮ ਕਰਨ ਵਾਲੇ ਨੇ ਵੀ ਗੱਲਾਂ ਛੱਡ ਦਿਉ ਮਤਲਬ ਕਿ ਇੰਨਾ ਕੁ ਇਨਵੋਲਵ ਹੋ ਕੇ ਕੰਮ ਇਹ ਕਰ ਰਹੇ ਨੇ ਇੰਨਾ ਕੁ ਵਿੱਚ ਰਹਿ ਰਹੇ ਨੇ ਫਾਰਮ ਦੇ ਵਿੱਚ ਇੰਜੈਕਸ਼ਨ ਬੱਚਿਆਂ ਨੂੰ ਫੜਨਾ ਟੀਕੇ ਲਾਉਣੇ ਕਿਹੜਾ ਕਿਹੜਾ ਕੰਮ ਮੈਂ ਇਹਨਾਂ ਨੂੰ ਮੰਨਦਾ ਵੀ ਇਹ ਮੁੰਡੇ ਇੱਕਦਮ ਟੌਪ ਦੇ ਫਾਰਮਰ ਬਣਨਗੇ ਸਾਡੇ ਕੋਲ ਐਸੇ ਵੀ ਆਉਂਦੇ ਨੇ ਕਿਤਾਬ ਚੱਕੀ ਜੀ ਮੇਰੇ ਮਾਂ ਕਹਿੰਦਾ ਡੈਰੀ ਚੱਕੀ ਫਿਰਦੇ ਵੀਰ ਜੀ ਫੀਡ ਦਾ ਫਾਰਮੂਲਾ ਦਿਓ ਵੀਰ ਜੀ ਟੀਕਾ ਲਗਾਇਓ ਮੈਂ ਕਿਹਾ ਭਰਾ ਜੀ ਸਾਰਾ ਕੁਝ ਲਿਖਾ ਦੂੰਗਾ ਪਰ ਇਹਨਾਂ ਨੂੰ ਪੁੱਛ ਲਓ ਜਿਹੜੇ ਆ ਮੁੰਡੇ ਫਿਰਦੇ ਨੇ ਵੀ ਸੂਰਾਂ ਦਾ ਟੱਕਰਾ ਮਾਰ ਮਾਰ ਕੇ ਫਾਰਮ ਕਰ ਹੁੰਦਾ ਨਾ ਕਿ ਕਾਪੀਆਂ ਦੇ ਕਰਕੇ ਕਾਪੀਆਂ ਕਾਲੀਆਂ ਅਸੀਂ ਵੀ ਬਥੇਰੀਆਂ ਕਰ ਲੈਂਦੇ ਮੈਂ ਵੀ ਪੜ੍ਹਿਆ ਫਿਰਦਾ ਮਾਸਟਰ ਡਿਗਰੀ ਕਰੀ ਫਿਰਦਾ ਮੈਂ ਆਹ ਦੇਖ ਲਓ ਅੱਜ ਸੂਰਾਂ 'ਚ ਸੂਰ ਹੋਏ ਫਿਰਦੇ ਹਾਂ ਅਸੀਂ ਕਿਉਂ ਕਿਉਂਕਿ ਸਰਕਾਰਾਂ ਨੌਕਰੀਆਂ ਨਹੀਂ ਦਿੰਦੀਆਂ ਬੇਰੁਜ਼ਗਾਰ ਅਸੀਂ ਫਿਰ ਰਹੇ ਹਾਂ ਅਸੀਂ ਆਪਣਾ ਕੰਮ ਕਰੋ ਅਸੀਂ ਸਰਕਾਰਾਂ ਦੇ ਉੱਪਰ ਡਿਪੈਂਡ ਕਿਉਂ ਕਰੀਏ ਦੂਜੀ ਗੱਲ ਇੱਕ ਤੁਹਾਨੂੰ ਮੈਂ ਹੋਰ ਸਾਰੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਮਾਲ ਸਾਡਾ ਮਿਹਨਤ ਅਸੀਂ ਕਰਦੇ ਹਾਂ ਸੂਰਾਂ ਦੀ ਗੋਹੇ ਵਿੱਚ ਵੜ ਕੇ ਸਰੀਰ ਦੇ ਕੱਪੜਿਆਂ ਦੇ ਵਿੱਚੋਂ ਮੁਸਕ ਸਾਡੇ ਆਉਂਦੀ ਹੈ
ठीक है जी, दिन रात सूरा विच असी मरदे हां, दवाइयां केयर फीडां खर्चे हद तों वध असी करदे हां, मेहनत असी करदे हां, ते साडे माल नूं मिट्टी दे भाव कोई डीलर आ के कोई दलाल आ के खरीद जावे ये चंगी गल नहीं है जी। ते थोड़े अपने हाथ आ, फार्म करो किसी जरूरत नाल करो, रेट दो ठोक के 125-30 रुपए का रेट बेचो कटिंग वाले माल का, गिल्टा दो ठोक के 200 रुपये किलो, बच्चे 225-250 नूं अगले नूं कह आलू आलू आ स्यो स्यो आ, ठीक है जी। एक बीज मक्की का 500 रुपये किलो भी आता, एक बीज 1500 किलो भी आता, अगले नूं ठोक के दसो लेना ले नहीं भाई साढ़े को साडा माल हैगा असीं पाल रहे हैं, मेहनत तुसीं करदे हो। किसान क्यों फेल हुंदे ने, सब्जियां खेतों च लाने टमाटर सारा कुछ किसान मिट्टी च मिट्टी हो जाते हैं, मैं खुद किसान हाँ, मैंने रोना आता है गल तो मैं दसते हुए, अब मेरे नाल मेरी जमीन आ बाहर फार्म के नाल लग जो तुम बिगड़ कर रहोगे देख लो, मिट्टी में मिट्टी असी हों, सप्पा दरिया असी जट मधते फिरते हैं, तो साड़ी फसल में मिट्टी के भा सब्जी मंडी हो चाहे वह कणक चाहे चौल मंडी साड़ी असी नीवे होकर उत्थे जाने, मेहनत असी करी किसान अन्नदाता है अन्न उगा, तो असी नीवे होकर फिरते आड़ती मूहे घूमते आ साड़ी फसल जी साड़ी करदे तक मरते हैं, जब तक जुख नहीं जाती फसल जब तक साढ़े सिर के उपर आरा लमक रहा है, उपरों मीह पै गया मंडिया के जट रुले फिरते हैं, पानी पानी खेत मंडिया में खड़ जाता जान साड़ी, कदे बोर खड़ जाता कदे कुछ कदे कुछ, फिर जिहड़े जट जिमीदार ने वह गलों में परने पा के सुसाइड करते हैं। मैं कई जिमीदारों को कहा भी मैं भाई पिग फार्म कर लिया, मेरा मजाक उड़ाया इस मुंडे का भी, कहते ये कहना मजाक उड़ाऊंगे मेरा, उस तो बाद मैं कहा महा हाथी चलते हैं कुत्ते भौंकते हैं भौंकी जाते, तू अपना काम कर तू मेहनत करके दिखा, जिदण तू कामयाब हो गया जिदण तेरे थले गड्डी आ गई दो साल बाद तेरे गल दे भी सोने की चैन पै गई कहना, तेन उही लोग कहणगे भी यार ये मुंडे ने काम टॉप दा करिया सी, काम ऐसा करो दुनिया तो हट के, हुण एक घर एक तकरीबन ला लो तुसीं एक 10 पिंडां दे विच 20 पिंडां च एक दो फार्म होणगे, तुसीं सब तो पहला करो। डॉक्टर विवेक बिंदला कहिंदा ऐसा एंटी बैरियल क्रिएट कर दो, ऐसा बिजनेस कर दो भी वो बिजनेस उन्हें कोई लंघ ना पावे, तुसीं अक्सर देखिया होगा एक रोड के उपर रेहड़ियां लगियां गोलगप्पियां दीआं, किसी नूं पता लग गया भी इत्थे बहुत गोलगप्पे विक रहे आ, दूआ के ला लैंदा तीआ ला लैंदा चौथा ला लैंदा पंजवां ला लैंदा, पहले वाले की यही दही फिर जाती है, कम गोलगप्पिया नहीं करना, कम ऐसा करना भी थोड़े मुकाबले कोई खड़ ना सके, कम ऐसा करना है भी थोनों कम के कोई कंपीटेटर ना मिले, ठीक है जी, अगे लंघ जाओ पिछे मुड़ के देखो ना, ऐसा एंटी बैरियर क्रिएट करना भी थोड़ा बंदा कोई आके चैलेंज ना कर दे, ठोक के काम करो दसा ना होंगे किरत करो, जिहड़े मुंडे बाहरले मुल्क नूं जाण नूं फिरदे आ जिहड़े माँ बाप नूं तंग करके जमीना दे कीले बेच बेच के करजाई माँ बाप नूं करके जाना चाहुंदे ने, उहनां नूं कहिंदे आ मेरे नाल हत्थ मिलाओ, जे थोड़ा इत्थे अमरीका गड्डा नाल मिलाता तां मैनूं कह दिओ, ये वीरे मैं उई नहीं बोल रहा भी पिग फार्म मैं पौने 2 साल तो किया, 20 साल का तजर्बा मैं पेश कर रहा अपना, मैं पढ़ाई भी की आ नैशनल का, मैं प्लेयर भी रहा कबड्डी के रैसलिंग का, अज भी मुंडिया मैं गेम करा थोड़ा वोदिया वीडियो भी पाऊँगा, पर मैं वो मुंडिया कहना चाहना है भी धक्के बहुत जिंदगी पैंते होंगे पर हिम्मत नहीं हारनी चाहिए, बाहरले मुल्क जाके टॉयलेट साफ करनी है, ठीक है जी, बाहरले मुल्क का नौमा उत्थे मिलना थोड़ा कुछ नहीं, बाहरों आऊँगे करजा चढ़ा के पैसे बर्बाद करके माँ बाप ने कहना पुत तू बाहर हो रहा, डौंकियों में मुंडे बाहर जाने उत्थे मर मुर जाते हैं, इत्थे अपने घर के रहो माँ बापा की सेवा करो अपने परिवार के रहो इत्थे काम करो, थोनों मैं दावे नाल कह सकता जी 10-12 लाख रुपया ला के तुसीं काम चलाओगे, ज़्यादा नहीं 7-8 लाख रुपया, चलो वध भी ना कहो 7 लाख रुपया, तुसीं 8 लाख रुपया साल का नहीं छड़दे, कमाओगे तुसीं वध पर तुसीं इन्ना तुहानूं मैं कह रहा बाला नहीं मैं कहता क्योंकि बाली गल वड्डी करन दी मैनूं आदत नहीं, मैनूं इत्थे सरकफाई करन दा मैनूं इन्ना शौक नहीं हैगा क्योंकि जिन्ना मैं इधर उधर रुलिया इधर उधर स्ट्रगल किया 20 साल मैं घूमता कदे कोई बिजनेस कदे कोई बिजनेस कदे मझां पालियां कदे पानी दा टैंकर कदे भरत दा काम मैं मशीनां JCB दी ट्रालियां सब कुछ बेचता अखीर नूं काम चुणिया तां मैनूं इह काम रास आया, तुसीं भरोसा करियो जिहड़े बच्चे मैं 12-12 किलो दे फार्म स्टार्ट करन वाले लेके आया सी अज्ज उह बच्चे 50 किलो प्लस ने 2.5-3 मिंट 50 किलो प्लस हो गए 15-18 किलो वजन एक महीने में फार जिहड़ा पिगलट का सूर का बच्चा वधाउंदा इन्नी कपैसिटी है जी, नौकरियां मिलदियां नहीं बाई जी, बगानी जगह ताबेदारी तुसीं करदे हो बगानी जगह ताबेदारी कर रहे नूं बंद कर दो, अपना काम करो अपने बलबूते करो तां जी थोनों सरदार जी जां बाबू जी कह के गला बुलावे,
ਤੁਹਾਡੀ ਆਪਣੀ ਟੌਰ ਹੋਵੇ, ਬਗਾਨੀ ਜਗ੍ਹਾ ਤੁਸੀਂ ਕੰਮ ਕਰਦੇ ਹੋ, ਅਗਲਾ ਕਹਿੰਦਾ ਹੋਵੇ ਇੱਧਰ ਆ ਗੱਲ ਸੁਣ ਮੇਰੀਆਂ। ਦੇਖੋ ਜੀ ਗੱਲਾਂ ਸਾਫ਼ ਸਪੱਸ਼ਟ ਜਿਹਾ ਰਿਹਾ, ਮੈਂ ਜ਼ਿਮੀਦਾਰ ਬੰਦਾ, ਮੇਰਾ ਫਰੈਂਡ ਸਰਕਲ ਵੀ ਵਿਖੇ ਰਿਹਾ, ਮੈਂ ਕਾਲਜਾਂ 'ਚ ਪੜ੍ਹਿਆ ਵੀ ਹਾਂ, ਮੈਂ ਗੇਮ ਵੀ ਕੀਤੀ ਆ, ਪਰ ਮੈਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਬਿਆਨ ਕਰਦਾ ਜੋ ਮੇਰੀ ਪ੍ਰੈਕਟੀਕਲ 'ਤੇ ਮੇਰੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ। ਬਿਲਕੁਲ ਬੰਦੇ ਨੂੰ ਚਾਹੇ ਜ਼ਹਿਰ ਵਾਂਗ ਲੜ ਜਾਂ, ਜਿਹੜੇ ਮੁੰਡੇ ਬੇਰੁਜ਼ਗਾਰ ਫਿਰਦੇ ਨੇ, ਮੈਂ ਉਹਨਾਂ ਨੂੰ ਇਹੀ ਵਾਰ ਵਾਰ ਰਿਕੁਐਸਟ ਕਰ ਰਿਹਾ, ਭਰਾਵੋ ਬਾਹਰ ਦੇ ਚੱਕਰ ਛੱਡ ਦਿਓ, ਬੇਰੁਜ਼ਗਾਰ ਫਿਰਦੇ ਹੋ ਇੱਧਰ ਉੱਧਰ ਗੇੜੀਆਂ ਲਾਉਣੀਆਂ ਛੱਡ ਦਿਓ। ਇਹ ਜ਼ਿੰਦਗੀ ਵਿੱਚ ਇਹ ਜ਼ਿੰਦਗੀ ਇੱਕ ਵਾਰ ਮਿਲਦੀ ਆ, ਪੈਸਾ ਕਮਾਉਣ ਦਾ ਸਮਾਂ 20 ਸਾਲ ਤੋਂ ਲੈ ਕੇ 40-45 ਸਾਲ ਤੱਕ ਆਉਂਦਾ, ਉਹਦੇ ਬਾਅਦ ਤਾਂ ਜਵਾਕ ਵੀ ਜੁੱਤੀਆਂ ਮਾਰ ਲੱਗ ਜਾਂਦੇ ਨੇ, ਬਾਈ ਜੀ ਪਾਪਾ ਪੈਸੇ ਦੇ, ਘਰ ਵਾਲੀ ਵੀ ਕਹਿਣ ਲੱਗ ਜਾਂਦੀ ਆ ਵੀ ਖਰਚਾ ਦੇ ਮੈਨੂੰ, ਮੈਂ ਤਾਂ ਬਾਜ਼ਾਰ 'ਚੋਂ ਸਮਾਨ ਲੈ ਕੇ ਆਉਣਾ। ਆਪਣੀ ਮਿਹਨਤ ਕਰੋ, ਆਪਣੇ ਪੈਰਾਂ 'ਤੇ ਖੜ੍ਹੇ ਹੋ, ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁਖੀ ਰੱਖੋ, ਚੰਗਾ ਪੜ੍ਹਾਈ, ਚੰਗੀ ਪੜ੍ਹਾਈ, ਚੰਗੀ ਸਟੱਡੀ, ਚੰਗੀ ਸੰਸਕਾਰ ਉਹਨਾਂ ਦਿਓ। ਮੈਂ ਵੀ ਬਹਿ ਸਕਦਾ ਇੱਥੇ ਚੰਗੀ ਟਾਊ ਟੂ ਕੱਢ ਕੇ, ਟਾਈ ਟੂ ਹੀ ਲਾ ਕੇ ਸਿਰ 'ਤੇ ਪੱਗ ਬੰਨ ਕੇ, ਪਰ ਜੇ ਤੁਸੀਂ ਦਲੇ ਦੱਸੋਗੇ ਮੈਂ ਕੈਪਰੀ ਪਾਈ ਬੈਠਾ, ਆ ਮੁੰਡਿਆਂ ਨੂੰ ਪੁੱਛੇ ਜਿਵੇਂ ਮੁੰਡਾ ਖੜਾ ਇੱਕਣੇ ਕੁਲਦੀਪ ਮਾਂਗੇ, ਅਸੀਂ ਹੁਣੇ ਬੀੜ ਪਾ ਕੇ ਖੜੇ ਹਾਂ, ਮੂੰਹ ਜਿਹਾ ਸਾਫ਼ ਕਰਕੇ ਬਸ ਮੈਂ ਤੁਹਾਡੇ ਮੂਹਰੇ ਬਹਿ ਗਿਆ, ਮੈਨੂੰ ਬਾਹਲੀ ਸ਼ੋਸ਼ੇਬਾਜ਼ੀ ਨਹੀਂ ਕਰਨੀ ਹੁੰਦੀ। ਮੈਂ ਤਾਂ ਬਸ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਫਾਰਮਰ ਭਰਾਵਾਂ ਨੂੰ ਕਿ ਜਿਹੜਾ ਨਵਾਂ ਫਾਰਮਰ ਆ ਉਹ ਕਿਸੇ ਐਸੇ ਬੰਦੇ ਦੇ ਧੱਕੇ ਚੜ੍ਹ ਕੇ ਬਰਬਾਦ ਹੋਣ ਤੋਂ ਚੰਗਾ ਵੀ ਪਹਿਲਾਂ ਹੀ ਫਾਰਮ ਬੰਦ ਕਰ ਦਿਓ। ਜਿੰਨੇ ਪੰਜਾਬ ਦੇ ਵਿੱਚ ਰੋਜ਼ ਫਾਰਮ ਖੁੱਲ੍ਹ ਰਹੇ ਨੇ, ਉਨੇ ਹੀ ਪੰਜਾਬ ਦੇ ਵਿੱਚ ਰੋਜ਼ ਫਾਰਮ ਜਿਹੜੇ ਬੰਦ ਹੋ ਰਹੇ ਨੇ। ਉਹਦਾ ਕਾਰਨ ਕੀ ਆ? 70% ਖਰਚਾ ਫੀਡ ਦਾ, ਤੁਹਾਡੀ ਜੇਬ ਦੇ ਵਿੱਚ ਫੀਡ ਜੋਗੇ ਪੈਸੇ ਨਹੀਂ ਹੁੰਦੇ, ਤੁਸੀਂ ਫਾਰਮ ਬੰਦ ਕਰ ਦਿੰਦੇ ਹੋ। ਬੱਚੇ ਭੁੱਖੇ ਮਰ ਲੈਂਦੇ ਨੇ, ਤੁਸੀਂ ਕਹਿੰਦੇ ਵੇਚ ਦਿਓ ਯਾਰ। ਤੁਹਾਨੂੰ ਆ ਕੇ ਕੋਈ ਬੰਦਾ ਪੁੱਛਦਾ ਵੀ ਬਾਈ ਜੀ ਫਾਰਮ ਕੀਤਾ ਸੀ ਕੀ ਸਿਸਟਮ ਰਿਹਾ? ਤੁਹਾਡਾ ਜਿਹੜਾ ਮਨੋਬਲ 100% ਸੀ ਜਾਂ ਸਟਾਰਟ ਕਰਨ ਤੋਂ ਪਹਿਲਾਂ, ਜਦੋਂ ਸੂਰੀਆਂ ਨੇ ਬੱਚੇ 4-5 ਵਜੇ ਦਿੱਤੇ, ਤੁਸੀਂ 25% ਰਹਿ ਗਏ। ਫਿਰ ਉਸ ਤੋਂ ਬਾਅਦ ਕੋਈ ਦਲਾਲ ਆ ਕੇ ਤੁਹਾਡੇ ਬੱਚੇ 2022-2022 ਸੌਂ ਲੈ ਜਾਂਦਾ, ਤੁਸੀਂ 0 ਹੋ ਗਏ। ਉਹਦੇ ਬਾਅਦ ਤੁਸੀਂ ਸੋਚਦੇ ਆ ਵੀ ਯਾਰ ਸੂਰੀਆਂ ਵੀ ਵੇਚ ਦਿਓ, ਫਾਰਮ ਬੰਦ ਕਰ ਦਿਓ, ਇਹਦਾ ਕੰਮ ਕੁੱਤਾ। ਤੁਸੀਂ 10 ਬੰਦਿਆਂ ਨੂੰ ਫਿਰ ਗਾਈਡ ਕਰੋਗੇ, ਤੁਸੀਂ 10 ਬੰਦਿਆਂ ਨੂੰ ਕਹੋਗੇ ਕੰਮ ਨਾ ਕਰਿਓ ਜੀ, ਇਹ ਕੰਮ 'ਚ ਕੱਖ ਨਹੀਂ ਬਚਦਾ, ਕਿਉਂਕਿ ਤੁਸੀਂ ਪਹਿਲੀ ਗਾਈਡੈਂਸ ਪ੍ਰੋਪਰ ਨਹੀਂ ਹਾਸਲ ਕੀਤੀ, ਤੁਸੀਂ ਟ੍ਰੇਨਿੰਗ ਨਹੀਂ ਹਾਸਲ ਕੀਤੀ, ਤੁਹਾਨੂੰ ਪਤਾ ਹੀ ਤਾਂ ਵੀ ਮੈਨੇਜਮੈਂਟ ਕਿਵੇਂ ਚਲਾਉਣੀ ਆ, ਇਹਦੀ ਮੈਨੇਜਮੈਂਟ ਕੀ ਆ, ਟ੍ਰੇਨਿੰਗ ਕਿਵੇਂ ਆ। ਮੈਂ ਵੈਟਨਰੀ ਦਾ ਕੋਰਸ ਕਰਿਆ, ਬਟ ਭਰਾਵੋ ਪੂਰਾ ਡਾਕਟਰ ਬਣਿਆ ਮੈਂ, ਠੀਕ ਆ ਜੀ, ਕਿਉਂਕਿ ਮੇਰੇ ਮੱਝਾਂ ਦੀਆਂ 20 ਮੱਝਾਂ ਦੀਆਂ ਮੇਰੇ ਕੋਲ, ਮੈਂ ਕਿਹਾ ਮੇਰੇ ਫਾਰਮ ਦੀ ਡਾਕਟਰ ਨਾ ਆਵੇ, APD, ਠੀਕ ਆ ਜੀ, ਪਿੱਛਾ ਵਗੈਰਾ ਸਭ ਕੁਛ ਮੈਂ ਆਪ ਸੈੱਟ ਕਰ ਲੈਂਦਾ। ਮੈਨੂੰ ਰੋਇਲ ਗ੍ਰੀਨ ਫਾਰਮ ਵਿੱਚ ਜਾ ਕੇ ਉੱਥੇ ਲੇਬਰ ਦੇ ਕਮਰੇ 'ਚ ਪੈਣ ਦੀ ਕੀ ਲੋੜ ਸੀ? ਛੁੱਟਾ ਸਾ ਮੇਰੇ ਸਰ ਨੇ ਮੈਨੂੰ ਆਪਣੇ ਗੁਰੂ ਦਰੋਣਾ ਚਾਹੀਏ ਸਮਝਦਾ, ਉਹਨਾਂ ਨੇ ਮੈਨੂੰ ਇਸ ਕਾਬਲ ਬਣਾਇਆ, ਤੂੰ ਅੱਜ ਮੈਂ ਜਿਵੇਂ ਫਾਰਮ ਚਲਾ ਰਿਹਾ, ਮੈਨੂੰ ਇੰਨਾ ਕੁ ਮੇਰੇ 'ਤੇ ਭਰੋਸਾ ਵੀ ਵਾਲੇ ਕੁਝ ਸਾਲਾਂ ਦੇ ਵਿੱਚ ਮੈਂ ਟੌਪ ਦਾ ਫਾਰਮਰ ਹੋਊਂਗਾ। ਕਿਉਂ? ਕਿਉਂਕਿ ਮੈਂ ਆਪ ਮਰ ਰਿਹਾ, ਮੈਂ ਆਪ ਕਰ ਰਿਹਾ, ਆਹ ਮੁੰਡਿਆਂ ਨੂੰ ਮੈਂ ਟ੍ਰੇਨਿੰਗ ਦੇ ਰਿਹਾ, ਮੈਂ ਆਪਣੇ ਏਰੀਏ ਦੇ ਮੁੰਡਿਆਂ ਨੂੰ ਇੰਨੇ ਗਾਈਡ ਕਰ ਰਿਹਾ ਵੀ ਆਓ। ਜੋ ਬੰਦਾ ਇੱਕ ਵਾਰੀ ਮੇਰੀਆਂ ਆ ਕੇ ਮੇਰੀਆਂ ਗੱਲਾਂ ਸੁਣ ਗਿਆ, ਜਿਸ ਬੰਦੇ ਨੂੰ ਇੱਕ ਵਾਰੀ ਸਮਝਾ ਤਾ, ਜਿਸ ਬੰਦੇ ਨੇ ਮੇਰੀ ਵੀਡੀਓ ਦੇਖ ਲਈ, ਉਹ ਬੰਦਾ ਮੇਰੇ ਕੋਲ ਆਊਗਾ, ਮੈਨੂੰ ਫੋਨ ਕਰੂਗਾ, ਮੈਨੂੰ ਮੇਰੇ ਕੋਲ ਟ੍ਰੇਨਿੰਗ ਨਾ ਲਓ, ਮੇਰੇ ਤੋਂ ਮਾਲ ਨਾ ਖਰੀਦੋ, ਪਰ ਇੱਕ ਵਾਰੀ ਮੇਰੇ ਕੋਲ ਆਓ, ਕਿਉਂਕਿ ਮੈਨੂੰ ਸਿਰ ਖਪਾਈ ਕਰਨ ਦੀ ਬਹੁਤ ਆਦਤ ਆ। ਮੈਂ ਉਹਨਾਂ ਫਾਰਮਰਾਂ ਵਰਗਾ ਨਹੀਂ ਹੈਗਾ ਜਿਹਦੇ ਗਰਦਨ ਦੇ ਵਿੱਚ ਸਰੀ ਅੜ ਜਾਂਦਾ। 40-50 ਬੱਚੇ ਰੱਖ ਕੇ ਬਠਿੰਡੇ ਤੋਂ ਮੇਰੇ ਕੋਲ ਮੁੰਡੇ ਪਹੁੰਚੇ, ਉਹਨਾਂ ਦੇ ਕੋਲ ਫਾਰਮ ਸੀ, 10-10 ਵਾਰੀ ਉਹਨਾਂ ਨੇ ਫੋਨ ਕੀਤਾ, ਉਹਦੇ ਗਏ, ਵੀਡੀਓ ਬਹੁਤ ਲੰਬੀ ਹੋ ਚੁੱਕੀ ਆ, ਮੈਂ ਹੁਣ ਖਤਮ ਕਰਨੀ ਚਾਹੁੰਦਾ ਵੀ ਉਹ ਬੰਦੇ ਵੀ ਮੇਰੇ ਕੋਲ ਪਹੁੰਚੇ। ਯਾਰ ਕੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਇੱਕ ਬੰਦੇ ਨੂੰ ਗਾਈਡ ਕਰ ਦੋ, ਕਿਸੇ ਦੀ ਜ਼ਿੰਦਗੀ ਬਣ ਜੂ, ਤੁਹਾਨੂੰ ਬੰਦਾ ਅਸੀਸਾਂ ਦਊਗਾ, ਕਿਸੇ ਦੀ ਜ਼ਿੰਦਗੀ ਸੁਧਾਰੋ। ਪਰਮਾਤਮਾ ਬਾਬੇ ਨਾਨਕ ਨੇ ਕਿਹਾ ਸੀ ਵੀ ਜੇ ਕਿਸੇ ਨੂੰ ਸਿੱਧੇ ਰਸਤੇ ਤੁਸੀਂ ਪਾਓਗੇ, ਤੁਹਾਡਾ ਪਰਮਾਤਮਾ ਰਸਤਾ ਸਵਾਰਦਾ ਚਲੇ ਜਾਊਗਾ। ਜੇ ਤੁਸੀਂ ਕਿਸੇ ਵਾਸਤੇ ਬੁਰਾ ਸੋਚੋਗੇ ਤਾਂ ਤੁਹਾਡਾ ਆਪ ਬੁਰਾ ਪਹਿਲਾਂ ਆਉਣਾ, ਨਾ ਕਿ ਉਸ ਬੰਦੇ ਦਾ। ਇਸ ਕਰਕੇ ਮੇਰੀ ਬੇਨਤੀ ਆ, ਵੀਡੀਓ ਬਹੁਤ ਲੰਬੀ ਹੋ ਚੁੱਕੀ ਆ, ਇਹੋ ਜਿਹੀਆਂ ਵੀਡੀਓ ਤੁਹਾਡੇ ਸਾਹਮਣੇ ਲਿਆਉਣ ਦਾ ਮੇਰਾ ਕਾਰਨ ਸੀ, ਕਿਉਂਕਿ ਦਿਨ ਦੇ ਵਿੱਚ 10-12 ਦਿਨ ਤੋਂ ਇਹੋ ਜਿਹੇ ਫੋਨ ਆ ਰਹੇ ਆ ਵੀ ਭਰਾ ਜੀ ਅਸੀਂ ਜਿਹਦੇ ਕੋਲ ਜਾਂਦੇ ਹਾਂ ਸਾਨੂੰ ਬੰਦੇ ਮਿਸਗਾਈਡ ਕਰਦੇ ਨੇ, ਸਾਨੂੰ ਉਹ ਕਹਿੰਦੇ ਨੇ ਫਾਰਮ ਨਾ ਕਰੋ, ਫਲਾਣਾ ਨਾ ਕਰੋ, ਵੀ ਆਏ ਹਾਂ ਜੀ ਇਹ 'ਚ ਫਲਾਣਾ, ਇਹ 'ਚ ਧਮਕਾਣਾ, ਕਿਉਂ ਮਨੋਬਲ ਤੋੜਦੇ? ਤੁਸੀਂ ਕਿਉਂ ਕਰੀ ਬੈਠੇ ਹੋ ਫਿਰ ਬਾਈ? ਜੇ ਤੁਹਾਡਾ ਫਾਰਮ ਪਿੱਕ ਦਾ ਕੰਮ ਮਾੜਾ ਫਿਰ ਤੁਸੀਂ ਕਿਉਂ ਕਰਿਆ? ਤੁਸੀਂ ਵੀ ਬੰਦ ਕਰੋ ਫਟਾਫਟ, ਵੇਚੋ ਮਾਲ ਵੀ ਅਸੀਂ ਨਹੀਂ ਕੰਮ ਕਰਨਾ ਜੀ, ਕੰਮ ਮਾੜਾ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਫਾਰਮਰ ਭਰਾਵਾਂ ਨੂੰ ਵੀ ਵਧੀਆ ਕੰਮ ਕਰੋ, ਵਧੀਆ ਮਾਲ ਵੇਚੋ। ਜਿਹੜੇ ਨਵਾਂ ਫਾਰਮ ਕਰਨੇ ਚਾਹੁੰਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਟ੍ਰੇਨਿੰਗ ਲਾਓ, ਪਿਗਲਟ ਲਾਓ, ਗਿਲਟਾਂ ਲਾਓ, ਗੱਬਣ ਸੁੜੀਆਂ ਲਾਓ, ਠੀਕ ਆ ਜੀ, ਲੈਣੀਆਂ ਜੇ ਕਿਤੇ ਉੱਥੇ ਲਓ ਜਿੱਥੇ ਤੁਸੀਂ ਟ੍ਰੇਨਿੰਗ ਕਰੋਗੇ, ਕਿਤੇ ਵੀ ਕਰੋ, ਰਾਜਸਥਾਨ ਕਰੋ, ਰੋਇਲ ਦੇ ਕਰੋ, ਕਿਤੇ ਵੀ ਕਰੋ, ਬਾਹਰਲੇ ਮੁਲਕ ਜਾ ਕਿਤੇ ਵੀ ਕਰੋ, ਤੁਹਾਡੇ ਅੱਖਾਂ ਦੇ ਸਾਹਮਣੇ ਕ੍ਰੋਸਿੰਗ ਹੋਣੀ ਚਾਹੀਦੀ ਆ, ਉਹਨੂੰ ਪਤਾ ਹੋਣਾ ਚਾਹੀਦਾ, ਉਸੇ ਨੰਬਰ ਟੈਗ ਨੰਬਰ ਲਿਖੋ, ਸਰ ਆਹ ਫੜੋ ਜੀ ਪੇਮੈਂਟ, ਆਹ ਮਾਲ ਮੇਰਾ ਹੋ ਗਿਆ। ਫਾਰਮ ਨੂੰ ਪ੍ਰੋਪਰ ਤਰ੍ਹਾਂ ਵਿਜ਼ਿਟ ਕਰੋ, ਫਿਰ ਦੇਖੋ ਕੰਮ ਕਰਨ ਦਾ ਸਵਾਦ ਆ ਵੀ ਹਾਂ ਕੰਮ ਕੀਤਾ। ਜਿਸ ਮੇਰੇ ਦੋਸਤ ਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ।
ਸਬਸਕ੍ਰਾਈਬ ਕਰੋ ਤਾਂ ਜੋ ਇਹੋ ਜਿਹੀਆਂ ਕੋਰੀਆਂ ਕੋਰੀਆਂ ਗੱਲਾਂ ਮੈਂ ਲਿਖ ਕੇ ਤੁਹਾਡੇ ਸਾਹਮਣੇ ਆਵਾਂ, ਕਿਉਂਕਿ ਮੈਂ ਇਹੋ ਜਿਹਾ ਹੀ ਹਾਂ। ਮੈਂ ਜੋ ਬੋਲਦਾ ਸੱਚ ਬੋਲਦਾ, ਮੈਨੂੰ ਝੂਠ ਝਾੜ ਬੋਲਣ ਦੀ ਆਦਤ ਨਹੀਂ। ਮੈਂ ਇੱਕ ਦੇਸੀ ਜਿਹਾ ਸਿੰਪਲ ਜਿਹਾ, ਇਹ ਪਿਗਰੀ ਫਾਰਮ ਦੇ ਸਮੁੰਦਰ ਦੀ ਇੱਕ ਛੋਟੀ ਜਿਹੀ ਮੱਛੀ ਹੈ। ਬੜੇ ਬੜੇ ਮਗਰਮੱਛ ਬੈਠੇ ਹੁੰਦੇ ਸੀ ਇਹ ਸਮੁੰਦਰ ਦੇ ਵਿੱਚ ਪਿਗਰੀ ਲੈਣ ਦੇ ਵਿੱਚ, ਪਰ ਇੱਕ ਬਹੁਤ ਜਲਦ ਮੈਂ ਤੁਹਾਡੇ ਕੋਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ, ਜਿਸ ਦੇ ਵਿੱਚ ਲੋਕ ਕਹਿੰਦੇ ਨੇ ਗਊਆਂ ਦੇ ਕੰਮ 'ਚ ਬਹੁਤ ਫਾਇਦਾ, ਮੱਝਾਂ ਦੇ ਫਾਰਮਾਂ 'ਚ ਬਹੁਤ ਫਾਇਦਾ। ਮੈਂ ਉਹਨਾਂ ਵਾਸਤੇ ਵੀ ਇੱਕ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਵੀ ਮੱਝਾਂ, ਲੋਕ ਕਹਿੰਦੇ ਨੇ 50,000 ਪੈਸਾ ਰੱਖੀਆਂ, ਮੈਂ ਉਹਨੂੰ ਸਾਬਤ ਕਰ ਦੂੰਗਾ ਵੀ 30x70x80 ਜਾਂ 100 ਦਾ ਸ਼ੈੱਡ 10 ਕਿੱਲੇ ਵਾਲੀ ਜ਼ਮੀਨ ਨਾਲ ਬੰਦੇ ਨੂੰ ਨਾਲ ਜਾਂਦਾ, ਮੈਂ ਦਾਅਵੇ ਨਾਲ ਗੱਲ ਕਹਿ ਰਿਹਾ। ਠੀਕ ਆ ਦੋਸਤੋ, ਵੀਡੀਓ ਜ਼ਿਆਦਾ ਲੰਬੀ ਹੋ ਰਹੀ ਆ, ਫਿਰ ਅਸੀਂ ਵੀਡੀਓ ਨਾਲ ਮਿਲੂੰਗੇ। ਜਿਸ ਨੇ ਮੇਰੀਆਂ ਗੱਲਾਂ ਬੁਰੀਆਂ ਲੱਗੀਆਂ ਹੋਣ, ਮੇਰੇ ਗੱਲ ਨਵ ਕੀ ਐਸੇ ਕਹਿੰਦੇ ਹੋਣ, ਤਾਂ ਪਲੀਜ਼ ਮੈਨੂੰ ਮਾਫ ਕਰ ਦਿਓ। ਠੀਕ ਆ ਜੀ।